ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਜੇ ਕੋਈ ਸਾਨੂੰ ਚੈਲੇਂਜ ਕਰ ਜੇ ਫਿਰ ਖਿਲਾਰੇ ਗੁਰਦਾਸਪੁਰੀਆਂ ਦੀ ਸਿਫਤਾਂ। ਉਹ ਗੁਰਦਾਸਪੁਰੀਆਂ ਦੀ ਸਿਫਤਾਂ ਕਰਦੇ ਸਾਰੇ ਗੁਰਦਾਸ। ਅੱਜ ਥੋੜ੍ਹੀ ਜਿਹੀ ਮੰਡੀਰ ਅੱਥਰੀ ਹੈ ਜੀ, ਕਿਉਂਕਿ ਇਹਨਾਂ ਦਾ ਇਲਾਕਾ ਹੀ ਇਹੋ ਜਿਹਾ। ਇਲਾਕਾ ਹੈਗਾ ਜੀ ਗੁਰਦਾਸਪੁਰ, ਅਤੇ ਕਾਲਜ ਹੈਗਾ ਜੀ GNDU ਦਾ, ਰੀਜਨਲ ਕੈਂਪਸ ਸ਼ਹਿਰ ਗੁਰਦਾਸਪੁਰ। ਸੋ ਆਪਾਂ ਕਰਦੇ ਜੀ ਫਨ ਮਸਤੀ ਗੱਲਬਾਤ ਪੂਰੀ। ਹਾਏ ਹਾਏ ਕੁੜੀ, ਆ ਜਾਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਜੀ ਤੁਹਾਡਾ? ਜੋਤੀ। ਹੈ ਜੀ ਜੋਤੀ। ਕੀ? ਜੋਤੀ। ਜੋਤੀ ਡਿੰਪਲ ਪੈਂਦੇ ਆ। ਥੈਂਕ ਯੂ। ਨਹੀਂ ਮੈਂ ਕਿਹਾ ਹਾਂ ਜਾਂ ਨਾ ਜਵਾਬ ਦਿਓ ਪਹਿਲਾਂ। ਹਾਂਜੀ ਪੈਂਦੇ ਆ। ਇਹ ਇੱਕ ਪਾਸੇ ਕਿਉਂ ਪੈਂਦੇ, ਦੂਜੇ ਪਾਸੇ ਨਹੀਂ ਪੈਂਦੇ? ਕਿਊਟ ਕੁੜੀਆਂ ਦੀ ਨਿਸ਼ਾਨੀ ਹੁੰਦੀ ਹੈ। ਕਿਊਟ ਕੁੜੀਆਂ ਦੀ ਨਿਸ਼ਾਨੀ ਹੁੰਦੀ ਵੀ ਇੱਕ ਪਾਸੇ ਹੀ। ਹਾਂਜੀ ਤੁਸੀਂ ਕਿਊਟ ਹੋ। ਹਾਂਜੀ ਮੇਰੇ। ਆਪਣੀ ਤੇਰੀ ਭਾਬੀ? ਹਾਂਜੀ। ਇਹ ਵੀ ਕੁੜੀਆਂ ਦੀ ਖਾਸ ਗੱਲ ਹੁੰਦੀ ਹੈ ਵੀ ਦੂਜਾ ਕੋਈ ਸੋਹਣਾ ਕਵੇ ਨਾ ਕਵੇ ਆਪ ਹੀ ਗਿਜੋ ਮੈਂ ਸੋਹਣੀ ਹਾਂ। ਹੁਣ ਤੇ ਦੂਸਰਾ ਕੋਈ ਨਾ ਕਵੇ ਤਾਂ ਖੁਦ ਨੂੰ ਕਹਿਣਾ ਹੀ ਪੈਂਦਾ। ਨਹੀਂ ਬਾਕੀ ਬਹੁਤ ਸੋਹਣੇ ਹੋ ਜੀ। ਥੈਂਕ ਯੂ। ਕਿਊਟ ਵੀ ਬਸ ਕਿਆ ਹੀ ਬਾਤ ਹੈ। ਸੋਹਣਾ ਸ਼ੌਂਕ ਕੀ ਹੈ ਤੁਹਾਡੇ? ਸਿੰਗਿੰਗ, ਡਾਂਸਿੰਗ। ਅੱਛਾ ਜੀ, ਤੇ ਸੁਪਨਾ ਜ਼ਿੰਦਗੀ ਦਾ? MBA ਕਰਕੇ ਬਿਜ਼ਨਸਮੈਨ ਬਣਨਾ ਹੈ। ਬਿਜ਼ਨਸਮੈਨ ਨਹੀਂ, ਬਿਜ਼ਨਸ ਵੂਮਨ ਬਣੋਗੇ? ਹਾਂਜੀ ਸੇਮ ਥਿੰਗ। ਕੀ ਬਿਜ਼ਨਸਮੈਨ ਬਣੋਗੇ? ਨਹੀਂ ਸੇਮ ਥਿੰਗ ਹੈ। ਅੱਛਾ ਅੱਛਾ ਅੱਛਾ। ਕਿੱਦਾਂ ਦਾ ਬਿਜ਼ਨਸ ਖੋਲਣਾ ਚਾਹੁੰਦੇ ਹੋ ਜੀ? ਕੰਪਨੀ ਵਗੈਰਾ ਲਾਈਕ। ਫਿਰ ਵੀ ਇੱਕ ਏਮ ਹੁੰਦਾ ਹੈ ਕਿ ਸਾਡੀ ਆਹ ਕੰਪਨੀ ਹੋਵੇ, ਸੌਫਟਵੇਅਰ ਦੀ ਹੋਵੇ ਜਾਂ ਕੋਈ ਇਦਾਂ ਦਾ ਸ਼ੋਰੂਮ ਹੋਵੇ ਜਾਂ ਕੱਪੜਿਆਂ ਵਾਲੇ ਪਾਸੇ ਜਾਣਾ? ਹਾਂਜੀ ਕੱਪੜਿਆਂ ਵਾਲੀ ਸਾਈਡ। ਕੱਪੜਿਆਂ ਵਾਲੇ ਪਾਸੇ, ਕੱਪੜੇ ਜਿੰਨੇ ਮਰਜ਼ੀ ਕਿਹਾ ਤੁਹਾਨੂੰ। ਓਕੇ, ਸੂਟਾਂ ਦਾ ਸ਼ੌਂਕ ਹੈ ਜੀ? ਹਾਂਜੀ। ਫਿਰ ਇਹ ਕੋਈ ਦੁਕਾਨਦਾਰ ਵੀ ਆਊਗਾ ਕਿ ਆਪ ਹੀ ਲਾਲਾ ਪਾਈ ਚੁੱਕੇ ਜੀ? ਕਸਟਮਰ ਆਣਗੇ ਮੇਰੀ ਸ਼ੌਪ ਤੇ। ਠੀਕ ਹੈ ਜੀ, ਤੇ ਸ਼ੌਂਕ ਹੈਗਾ ਤੁਹਾਡਾ ਗਾਉਣ ਦਾ? ਹਾਂਜੀ। ਸੁਣਾਓ ਜੀ ਫਿਰ ਗੀਤ। ਮੈਂ ਤੈਨੂੰ ਸਮਝਾਵਾਂ ਕਿ ਨਾ ਤੇਰੇ ਬਾਜੂ ਲੱਗਦਾ ਜੀ, ਤੂੰ ਕੀ ਜਾਣੇ ਪਿਆਰ ਮੇਰਾ, ਮੈਂ ਕਰੂੰ ਇੰਤਜ਼ਾਰ ਤੇਰਾ, ਤੂੰ ਦਿਲ ਦੁਇਓ ਜਾਨ ਮੇਰੀ, ਮੈਂ ਤੈਨੂੰ ਸਮਝਾਵਾਂ ਕਿ। ਥੈਂਕ ਯੂ ਸੋ ਮਚ ਜੀ, ਵਧੀਆ ਲੱਗੀ ਗੱਲ ਕਰਕੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਹੈ ਤੁਹਾਡਾ? ਅਮਨ। ਅਮਨ, ਕਿੱਥੋਂ ਬਿਲੋਂਗ ਕਰਦੇ ਹੋ ਜੀ? ਗੁਰਦਾਸਪੁਰੋਂ। ਗੁਰਦਾਸਪੁਰ ਤੋਂ? ਹਾਂਜੀ। ਕਿਹੜਾ ਕੋਰਸ ਕਰਦੇ ਪਏ ਹੋ ਜੀ? MCOM। MCOM। ਹਾਂਜੀ। ਤੁਸੀਂ ਵੀ ਉਹੀ ਕਮਰਸ ਵਾਲਾ ਬਸ? ਹਾਂਜੀ ਹਾਂਜੀ। ਤੇ ਕੀ ਸੁਪਨਾ ਹੈ ਜੀ? ਸੁਪਨਾ ਪੜ੍ਹਾਈ 'ਚ ਜਾਂ ਦੂਸਰਾ? ਦੂਸਰਾ ਤਾਂ ਵਿਆਹ ਹੀ ਹੋਊਗਾ ਜੀ। ਨਹੀਂ ਹਾਂਜੀ ਨਹੀਂ। ਪੜ੍ਹਾਈ 'ਚ ਕੀ ਹੈ ਜੀ? ਪੜ੍ਹਾਈ 'ਚ ਆਈ ਬੈਂਕਿੰਗ ਜੋਬ। ਬੈਂਕਿੰਗ ਜੋਬ। ਤੇ ਦੂਸਰਾ ਸੁਪਨਾ ਕਿਹੜਾ ਸੀਗਾ ਜੀ? ਮਾਨ ਸਾਹਿਬ ਨੂੰ ਮਿਲਣਾ। ਹਾਂਜੀ। ਬੱਬੂ ਮਾਨ ਨੂੰ ਮਿਲਣਾ। ਬੱਬੂ ਮਾਨ ਨੂੰ ਮਿਲਣਾ? ਹਾਂਜੀ। ਠੀਕ ਹੈ ਜੀ, ਜ਼ਰੂਰ ਮਿਲਿਓ ਜੀ, ਜ਼ਰੂਰ ਮਿਲਿਓ। ਅਤੇ ਸ਼ੌਂਕ ਜੀ ਗੀਤਾਂ ਦਾ? ਮੈਂ ਵੈਸੇ ਸੁਣਦੀ ਹਾਂ ਬਟ ਚਲੋ ਗਾ ਵੀ ਸਕਦੇ ਹਾਂ। ਚਲੋ ਸੁਣਾਓ ਜੀ ਸੁਣਾਓ। ਗੱਲ ਗੱਲ ਤੇ ਝਿੜਕਾਂ ਮਾਰ ਦੇਵੇ, ਮਾਰ ਦੇਵੇ, ਮਾਰ ਦੇਵੇ, ਗੱਲ ਗੱਲ ਤੇ ਝਿੜਕਾਂ ਮਾਰ ਦੇਵੇ, ਝਿੜਕਾਂ ਮਾਰ ਵੀ ਦਈ ਨਾ ਮਾਰ ਟੋਲਾ। ਬੜੇ ਵਾਰ ਰੰਗਾਏ ਜੀ, ਐਸੇ ਰੰਗਾ ਲਈ। ਟ੍ਰੈਂਡ ਹੈ, ਕਹਾਂ ਸੇ ਬਿਲੋਂਗ ਕਰਨੇ ਕਾ, ਟ੍ਰੈਂਡ ਵੀ ਕਮਾਲ ਹੈ। ਕਹਾਂ ਸੇ ਬਿਲੋਂਗ ਕਰਤੇ ਹੋ ਜੀ? ਗੁਰਦਾਸਪੁਰ ਸੇ। ਗੁਰਦਾਸਪੁਰ ਸੇ, ਕਿਆ ਨਾਮ ਹੈ ਆਪਕਾ? ਸਾਕਸ਼ੀ। ਸਾਕਸ਼ੀ, ਸ਼ਰਮਾ ਬੋ ਪਾਇਆ ਜੀ? ਫੈਸ਼ਨ ਦੇ ਨਾਲ ਚੱਲਣਾ ਪੈਂਦਾ ਹੈ। ਸਾਰੀ ਸ਼ੀਸ਼ੀ ਨਹੀਂ ਰੋੜਦੀ? ਲੱਗਦਾ ਹੀ ਹੈ। ਲੱਗਦਾ ਹੈ। ਅੱਛਾ ਗੱਲ ਇੱਥੇ ਵੀ ਐਕਟ ਕਰਨਾ ਇੱਕ, ਤੁਹਾਡੀ ਅੰਗੇਜਮੈਂਟ ਹੋ ਗਈ ਸੀਗੀ? ਸਰ ਮੇਰੀ ਹੋ ਗਈ ਹੈ, ਹੁਣੇ ਹੋਈ ਹੈ। ਹੁਣੇ ਹੋਈ ਹੈ, ਚਲੋ ਬਹੁਤ ਵਧੀਆ, ਮੁਬਾਰਕਾਂ। ਥੈਂਕ ਯੂ। ਅੰਗੇਜਮੈਂਟ ਹੋਈ ਨੂੰ ਸਪੋਜ਼ ਕਰੋ ਵੀ ਸਾਲ ਹੋ ਗਿਆ, ਤੁਹਾਨੂੰ ਕੀ ਮੁੰਡਾ ਹੁਣ ਹੋਰ ਪਸੰਦ ਆ ਗਿਆ? ਸਰ ਇਹਦਾ ਹੋ ਹੀ ਨਹੀਂ ਸਕਦਾ, ਕਦੇ ਵੀ ਨਹੀਂ ਹੋਏਗਾ। ਨਹੀਂ ਹੋ ਤਾਂ ਨਹੀਂ ਸਕਦਾ, ਸਪੋਜ਼ ਕਰੋ। ਅਸੀਂ ਸਪੋਜ਼ ਵੀ ਨਹੀਂ ਕਰ ਸਕਦੇ। ਐਡਾ ਚੰਗਾ ਹੋ। ਹਾਂਜੀ ਸਰ।
ਜੀ ਅੱਛਾ ਅੱਛਾ ਕਿੱਦਾਂ ਦੀ ਨੇਚਰ ਹੈ ਜੀ ਸ਼ਿਵਮ ਜੀ ਦੀ ਸਰ ਬਹੁਤ ਵਧੀਆ ਤੁਹਾਨੂੰ ਪੱਕਾ ਪਤਾ ਸ਼ਿਵਮ ਤੁਹਾਡੇ ਨਾਲ ਕਦੇ ਨਹੀਂ ਲੜੂਗਾ ਹਾਂਜੀ ਸਰ ਅੱਛਾ ਤੁਹਾਡੇ ਘਰ ਦੇ ਲੜਦੇ ਨਹੀਂ ਸਰ ਨਹੀਂ ਮੰਮੀ ਡੈਡੀ ਕਦੇ ਨਹੀਂ ਲੜੇ ਨਹੀਂ ਸਰ ਮੈਨੂੰ ਲੱਗਦਾ ਤੁਹਾਨੂੰ ਬਾਹਰ ਖੇਡਣ ਨੂੰ ਭੇਜ ਦਿੰਦੇ ਹੋਣੇ ਫੇਰ ਲੜਦੇ ਹੋਣੇ ਉਹ ਨਹੀਂ ਲੜੇ ਕਦੀ ਹੋਰ ਸ਼ੌਂਕ ਜੀ ਤੁਹਾਨੂੰ ਸਰ ਡਾਂਸਿੰਗ ਦਾ ਢੋਲ ਦੀ ਤਾਲ ਤੇ ਡਾਂਸ ਕਰ ਲਓਗੇ ਓਕੇ ਸਰ ਚਲੋ ਹੱਥਾਂ ਨਾ ਮਟਾਹੂ ਜੱਟ ਸੋਹਣੀਏ ਓ ਮੱਥੇ ਦੀਆਂ ਖੁਣੀਆਂ ਨੂੰ ਰੱਖ ਹਿੱਕ ਉੱਤੇ ਸਿਰ ਸੋ ਜਾ ਵੈਰ ਨੇ ਜੱਟ ਵੇਖ ਲੂਗਾ ਦੁਨੀਆਂ ਨੂੰ ਰੱਖ ਹਿੱਕ ਉੱਤੇ ਸਿਰ ਸੌ ਜਾ ਵੈਰ ਨੇ ਜੱਟ ਵੇਖ ਲੂਗਾ ਦੁਨੀਆਂ ਨੂੰ ਥੈਂਕ ਯੂ ਸੋ ਮਚ ਜੀ ਥੈਂਕ ਯੂ ਬਾਜੀ ਥੈਂਕ ਯੂ ਜੀ ਥੈਂਕ ਯੂ ਵੀਰੇ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਮਨਦੀਪ ਕੌਰ ਮਨਦੀਪ ਕੌਰ ਹਾਂਜੀ ਤੁਹਾਡੇ ਨਾਲ ਕਰਦਾ ਜੀ ਮੈਂ ਐਕਟ ਹਾਂਜੀ ਕਰ ਲਓ ਫਿਰ ਤੁਹਾਡੀ ਸਪੋਜ਼ ਕਰੋ ਮੰਗਣੀ ਹੋ ਗਈ ਹੋ ਜਾਏਗੀ ਜੇ ਤੁਸੀਂ ਕਹਿੰਦੇ ਹੋ ਤਾਂ ਹਾਂ ਮੰਗਣੀ ਹੋ ਗਈ ਤੁਹਾਡੀ ਤੇ ਇਹ ਜਿਹੜੀ ਮੰਗਣੀ ਹੋਈ ਸੀਗੀ ਜੀ ਹਾਂਜੀ ਹੋਈ ਸੀ ਮੇਰੇ ਨਾਲ ਠੀਕ ਹੈ ਜੀ ਤੋੜਨ ਨੂੰ ਨਾ ਕਿਉਂ ਹੋਣਾ ਜੀ ਤੋੜਨ ਨੂੰ ਨਾ ਕਿਉਂ ਹੋਣਾ ਗੱਲ ਤਾਂ ਸੁਣੋ ਤੁਹਾਨੂੰ ਕੋਈ ਮੁੰਡਾ ਆ ਗਿਆ ਜੀ ਹੋਰ ਪਸੰਦ ਠੀਕ ਹੈ ਜੀ ਫੋਨ ਲਾਇਓ ਕੰਨ ਨੂੰ ਇਧਰੋਂ ਮੈਂ ਚੱਕੂੰਗਾ ਸਾਲ ਖੋ ਗਿਆ ਸੀਗਾ ਮੰਗਣੀ ਨੂੰ ਦੇਖ ਕੇ ਤਾਂ ਫੋਨ ਫੜਿਆ ਫੋਨ ਲਾਣਾ ਨਹੀਂ ਕੰਨ ਨੂੰ ਹੈਲੋ ਹਾਂਜੀ ਹਾਂ ਹਾਂਜੀ ਹਾਂ ਹਾਂ ਕੀ ਹੁੰਦਾ ਹਾਂ ਚਲ ਹਾਂਜੀ ਅਕਲ ਨਹੀਂ ਹੈ ਕਿ ਬੋਲਣ ਦੀ ਕੁੜੀਆਂ ਨਾਲ ਅਕਲ ਬਹੁਤ ਹੈ ਕੰਮ ਕਰਦੀਆਂ ਤੇ ਮੇਰੀ ਗੱਲ ਸੁਣ ਧਿਆਨ ਨਾਲ ਮੇਰੀ ਗੱਲ ਧਿਆਨ ਨਾਲ ਸੁਣ ਕੰਨਾਂ ਦੇ ਪਰਦੇ ਤੇਰੇ ਖੋਲ ਲਾ ਆਪਣੇ ਹਾਂ ਦੱਸ ਚਪੇੜ ਵੱਜ ਗਈ ਨਾ ਤਾਂ ਪਤਾ ਲੱਗ ਗਿਆ ਨਾ ਤੈਨੂੰ ਅੱਛਾ ਹੈ ਘੱਟ ਕਰ ਬੁੱਢਿਆ ਜਾ ਮੈਂ ਤੇਰੇ ਨਾਲ ਰਿਸ਼ਤਾ ਤੋੜਤਾ ਆਪਣੇ ਬੇਬੇ ਬਾਬੂ ਨੂੰ ਕਹਿ ਦੀ ਕਿ ਉਹ ਕੁੜੀ ਕਹਿੰਦੀ ਤੋੜਤਾ ਹਾਂ ਕੁੜੀ ਲੱਭ ਲਾ ਆਪਣੇ ਵਰਗੀ ਪੇਂਡੂ ਜੀ ਫੁੱਟਬਾਲ ਚੌਂਕ ਵਰਗੀ ਹੈ ਮੈਨੂੰ ਤੇਰੇ ਤੇ ਪਹਿਲਾਂ ਹੀ ਸੀ ਸ਼ੱਕ ਫੁੱਟਬਾਲ ਚੌਂਕ ਵਰਗੀ ਹੈ ਮੈਨੂੰ ਤੇਰੇ ਤੇ ਪਹਿਲਾਂ ਹੀ ਸੀ ਸ਼ੱਕ ਤੋੜ ਕੇ ਮੰਗਣੀ ਮੇਰਾ ਛੱਡਿਆ ਨਹੀਂ ਉਹ ਕੱਖ ਹੋਰ ਸੁਣਾਓ ਫਿਰ ਹੁਣ ਡਾਂਸ ਕਰਨਾ ਜੀ ਭੰਗੜਾ ਕਰਨਾ ਭੰਗੜਾ ਕਰੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਵੀਰੇ ਸੁਦੀਪ ਸੁਦੀਪ ਹਾਂਜੀ ਤੇ ਕਿਹੜਾ ਕੋਰਸ ਹੈ ਵੀਰੇ ਇੱਥੇ ਐਮ ਕੌਮ ਕਰਦੇ ਜੀ ਐਮ ਕੌਮ ਹਾਂਜੀ ਸ਼ੌਂਕ ਬਾਈ ਸਿੰਗਿੰਗ ਡਾਂਸਿੰਗ
ਪੇਂਟਿੰਗ ਸਾਰਾ ਕੁਝ ਕਰੀਦਾ ਜੀ। ਓਕੇ ਓਕੇ, ਗਰਲਫ੍ਰੈਂਡ ਹੈਗੀ ਆ? ਹਾਂਜੀ ਜੀ ਹੈਗੀ ਹੈ ਜੀ। ਇਹੋ ਜਿਹੀ ਵੀ ਗਰਲਫ੍ਰੈਂਡ ਹੈਗੀ ਹੈ? ਕਮਾਲ ਹੈ ਬਾਈ, ਚਲੋ ਠੀਕ ਹੈ ਬਾਈ, ਬਹੁਤ ਵਧੀਆ। ਮਿਆਰ ਕਰਨ ਲਈ ਸੁਣਾਓ ਬਾਈ, ਕੀ ਸੁਣਾਓਗੇ? ਗਾਣਾ ਸੁਣਾਵਾਂ ਸਰ। ਸੁਣਾਓ। ਅਕੜਾਂ ਵੀ ਚੜ ਲਾਂਗੇ, ਪਾਣੀ ਤੇਰਾ ਭਰ ਲਾਂਗੇ, ਕਹੇਗੇ ਜੋ ਕਰ ਲਾਂਗੇ। ਹਰ ਇੱਕ ਗੱਲ ਸਾਨੂੰ ਤੇਰੀ ਮਨਜ਼ੂਰ, ਹਰ ਇੱਕ ਗੱਲ ਸਾਨੂੰ ਤੇਰੀ ਮਨਜ਼ੂਰ, ਬਸ ਇੱਕੋ ਗੱਲੋਂ ਲੱਗਦਾ ਏ ਡਰਨੀ, ਸਾਡੀ ਜਾਨ ਨਿਕਲੇ ਜੇ ਗੁੱਸੇ ਨਾ ਹੋਇਆ ਕਰਨੀ, ਸਾਡੀ ਜਾਨ ਨਿਕਲੇ ਜੇ ਗੁੱਸੇ ਨਾ ਹੋਇਆ ਕਰਨੀ, ਸਾਡੀ ਜਾਨ ਨਿਕਲੇ ਜੇ। ਗੁੱਸੇ ਹੋਈ ਕਦੇ ਸਹੇਲੀ? ਬੜੀ ਬੜੀ ਜੀ। ਫਿਰ ਕਿਵੇਂ ਮਨਾਉਣੇ ਉਹਨੇ? ਮਿੰਤਾਂ ਨਾਲ ਜੀ। ਮੈਂ ਤੁਹਾਡੀ ਸਹੇਲੀ? ਹਾਂਜੀ। ਸਪੋਜ਼ ਕਰਨਾ? ਹਾਂਜੀ। ਮੈਨੂੰ ਮਨਾਉਣਾ? ਹਾਂਜੀ। ਮੈਂ ਜਮਾ ਰੁੱਸ ਗਈ? ਹਾਂਜੀ। ਠੀਕ ਹੈ? ਹਾਂਜੀ। ਠੀਕ ਹੈ। ਇੰਨਾ ਹੀ ਗੁੱਸਾ? ਕੀ ਗੱਲ ਹੈ ਇੰਨੀ? ਗੱਲ ਤੈਨੂੰ ਪਤਾ, ਸੌਰਵ ਨਾ ਆਪਣੀ ਗਰਲਫ੍ਰੈਂਡ ਨੂੰ ਕੁਲਚੇ ਭਟੂਰੇ ਰੋਜ਼ ਖਵਾਉਂਦਾ, ਤੇ ਸਾਡੇ ਸਮੋਸੇ ਕਿਹੜੇ ਖਾਤੇ ਜਾਣਗੇ? ਸਮੋਸੇ ਮੋਟੇ ਜਿਹਾ ਆਪ ਖਾਈ ਜਾਂਦਾ, ਮੈਨੂੰ ਕੁਝ ਕਮਾਉਂਦਾ ਨਹੀਂ। ਮਾਰੇ ਆਪਣੇ ਨਹੀਂ ਹੈ, ਤੁਹਾਡੇ ਹੀ ਆ। ਹਾਂਜੀ ਹੋਏ, ਫਿਰ ਕੀ ਗੱਲ ਹੈ? ਸ਼ਦਾਈ ਬਣਾ ਤੂੰ ਵੈਸੇ? ਤੈਨੂੰ ਮੈਂ ਦੱਸਾਂ, ਹਾਂ ਬਹੁਤ ਹੀ ਸ਼ਦਾਈ ਹੈ, ਮੈਂ ਕਿਸੇ ਹੋਰ ਨਾਲ ਚੱਲ ਜਾਣਾ ਤੈਨੂੰ ਮੈਂ ਦੱਸਾਂ। ਚੱਲ ਫਿਰ, ਆਹ ਗੱਲ ਗਲਤ ਆ ਵੀ। ਚੱਲ ਜਾ ਫਿਰ। ਨਹੀਂ, ਕਿਉਂ ਜਾਣਾ? ਆਹੋ ਤੇਰੇ ਕੋਲ ਕਿਹੜਾ ਕੋਈ ਹੋਰ ਬਸਣੀ ਹੈ। ਆ ਜਾਓ ਬਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਕੀ ਨਾਂ ਜੀ? ਗੁਰਪ੍ਰੀਤ। ਗੁਰਪ੍ਰੀਤ, ਸ਼ੌਂਕ ਜੀ? ਸਿੰਗਿੰਗ। ਪੱਗ ਦਾ ਰੰਗ ਸੋਹਣਾ? ਮੈਂ ਵੀ ਸੋਹਣਾ। ਹੁਣ ਲੈਂਸ ਫਸਾਉਣੀ ਏ, ਨਜ਼ਰ ਦੀ ਐਣਕ ਲਾਉਂਦੀ ਸੀ ਤੇ ਹੁਣ ਲੈਂਸ ਫਸਾਉਣੀ ਏ, ਮੁੰਡਿਆਂ ਨੂੰ ਪੱਟਣ ਦੇ ਲਈ ਨਵੇਂ ਸੂਟ ਸਵਾਉਣੀ ਏ, ਨਵੇਂ ਟੋਪ ਤੂੰ ਪਾਉਣੀ ਏ, ਮੰਮੀ ਨਾਲ ਤੂੰ ਲੜਕੇ ਨੀ ਨਵਾਂ ਪੰਗਾ ਪਾਇਆ ਏ। ਮੇਰੀ ਬਾਂਹ ਕਿੱਧਰ ਫੜੀ ਜਾਂਦਾ? ਅੱਛਾ ਅੱਛਾ। ਮੰਮੀ ਨਾਲ ਤੂੰ ਪੜ ਕੇ ਨੀ ਨਵਾਂ ਪੰਗਾ ਪਾਇਆ ਏ, ਸਖੀਆਂ ਤੋਂ ਪੈਸੇ ਫੜ ਕੇ ਟੈਟੂ ਬਣਵਾਇਆ ਏ, ਸਖੀਆਂ ਤੋਂ ਪੈਸੇ ਫੜ ਕੇ ਟੈਟੂ ਬਣਵਾਇਆ ਏ। ਮੁੱਲ ਤਾਂ ਤੇਥੋਂ ਲੈ ਨਹੀਂ ਹੁੰਦੀ, ਮੁੱਲ ਤਾਂ ਤੇਥੋਂ ਲੈ ਨਹੀਂ ਹੁੰਦੀ, ਤੂੰ ਫਾਈਨਾਂਸ ਕਰਾ ਲੈਣੀ, ਮੈਂ ਸੁਣਿਆ ਹੁਣ ਤੂੰ ਕਿਸ਼ਤਾਂ 'ਤੇ ਪੂੰਡੀ ਕਢਵਾ ਲੈਣੀ, ਮੈਂ ਸੁਣਿਆ ਹੁਣ ਤੂੰ ਕਿਸ਼ਤਾਂ 'ਤੇ ਐਕਟਿਵਾ ਕਢਾ ਲੈਣੀ। ਚਲੋ ਜੀ, ਫਾਈਨਲ ਪੇਜ 'ਤੇ ਕੰਟੀਨਿਊ ਰੱਖਾਂਗੇ। ਹੁਣ ਮੇਰਾ ਹੋ ਚੁੱਕਿਆ ਜੀ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਜੀ ਇੱਕ ਛੋਟੇ ਜਿਹੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਤੁਹਾਡੇ ਆਪਣੇ ਫੇਵਰੇਟ ਸ਼ੋਅ ਜਿਹਦਾ ਨਾਂ ਹੈ ਜੀ ਕੰਟੀਨਿਊ ਮੰਡੀਰ, GNDU ਦਾ ਰੀਜਨਲ ਕੈਂਪਸ ਸ਼ਹਿਰ ਗੁਰਦਾਸਪੁਰ, ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਜੀ। ਸੋ ਮੇਲਾ ਆਪਾਂ ਭਖਿਆ ਹੋਇਆ ਪੂਰਾ, ਆਪਾਂ ਹੱਸੀ ਜਾਂਦੇ ਹਾਂ ਜੀ। ਕੀ ਗੱਲ, ਤੁਸੀਂ ਆਓ ਜੀ ਅੱਗੇ। ਮੁਬਾਰਕਾਂ ਜੀ, ਕਾਹਦੀਆਂ ਬੜਾ? ਵਿਆਹ ਦੀਆਂ। ਕਿੰਨਾ ਚਿਰ ਹੋ ਗਿਆ ਵਿਆਹ ਮੈਨੂੰ? ਇੱਕ ਸਾਲ ਹੋ ਗਿਆ। ਇੱਕ ਸਾਲ ਹੋ ਗਿਆ ਜੀ। ਹਾਂਜੀ। ਇਹ ਚੂੜਾ ਕਦੋਂ ਤੱਕ ਫਾਇਰ? ਦੋ ਸਾਲ ਤੱਕ। ਹਾਂਜੀ, ਚਲੋ ਬਹੁਤ ਸਾਰੀਆਂ ਮੁਬਾਰਕਾਂ ਜੀ ਤੁਹਾਨੂੰ ਵਿਆਹ ਦੀਆਂ। ਸਰਦਾਰ ਸਾਹਿਬ ਕੀ ਕਰਦੇ ਜੀ? ਉਹ ਲੈਕਚਰਾਰ ਹੈ। ਉਹ ਵੀ ਲੈਕਚਰਾਰ ਹੈ ਜੀ? ਤੁਸੀਂ ਵੀ ਲੈਕਚਰਾਰ? ਹਾਂਜੀ। ਨਹੀਂ, ਮੈਂ ਲੈਕਚਰਾਰ ਨਹੀਂ, ਮੈਂ ਸਟੂਡੈਂਟ ਹਾਂ ਇੱਥੇ ਐਮਸੀਏ ਦੀ। ਆਂਖੇ ਪ੍ਰੋਫੈਸਰ ਕੇ ਸਾਥ ਮਿਲਾਈਆਂ। ਤੇ ਤੁਸੀਂ ਕੀ ਬਣਨਾ ਜੀ ਵੱਡੇ ਹੋ ਕੇ? ਲੈਕਚਰਾਰ। ਤੁਸੀਂ ਸਟੂਡੈਂਟ ਹੀ ਹੋਣਾ ਜੀ? ਹਾਂਜੀ। ਲੈਕਚਰ ਹੀ ਲੱਗੋਗੇ? ਹਾਂਜੀ। ਚਲੋ ਬਹੁਤ ਵਧੀਆ ਜੀ, ਬਹੁਤ ਵਧੀਆ। ਇਹ ਫਿਰ ਲਵ ਮੈਰਿਜ ਹੋਏਗੀ? ਅਰੇਂਜ? ਨਹੀਂ, ਅਰੇਂਜ ਮੈਰਿਜ। ਅਰੇਂਜ ਮੈਰਿਜ ਹੋਏ? ਵਿਆਹ ਕਿੱਦਾਂ ਕਰਾ ਲੈਣਾ ਚਾਹੀਦਾ ਕਿ ਨਹੀਂ? ਕਰਾ ਲੈਣਾ ਚਾਹੀਦਾ। ਤੁਹਾਡੀ ਉਮਰ ਕਿੰਨੀ ਹੈ? ਹਾਂਜੀ, ਹੱਸ ਕੇ ਨਹੀਂ ਗਿਆ। ਹੱਸ ਕੇ ਨਹੀਂ ਗਿਆ? ਫਿਰ ਤੂੰ ਕਰਾ ਕੇ ਦੇਖ ਲੈ, ਹੱਸੇ ਉਸੇ ਬੰਦ ਹੋ ਜਾਂਦੇ ਆ। ਨਹੀਂ ਕੋਈ ਚੱਕਰ ਨਹੀਂ ਜੀ, ਗੋਡ ਬਲੈਸ ਯੂ। ਗੀਤ ਗਾਉਂਗੇ ਜੀ? ਹਾਂਜੀ। ਸੁਣਾਓ ਜੀ, ਕੀ ਨਾਂ ਕੀ ਸਰਦਾਰ ਸਾਹਿਬ ਦਾ? ਗੁਰਵਿੰਦਰ ਸਿੰਘ। ਚਲੋ ਠੀਕ ਹੈ ਜੀ, ਗੁਰਵਿੰਦਰ ਸਿੰਘ ਨੂੰ ਵੀ ਸਤਿ ਸ਼੍ਰੀ ਅਕਾਲ ਪਿਆਰ ਨਾਲ। ਅੱਛਾ, ਪਿਆਰ ਨਾਲ ਕੀ ਬੁਲਾਉਂਦੇ ਹੋ? ਬੰਟੀ। ਬੰਟੀ ਬੰਟੀ ਲੋ ਬੰਟੀ, ਇਹ ਬਬਲੀ। ਸੁਣਾਓ ਜੀ ਇੱਕ ਗੀਤ, ਸੁਣਾਓ ਜੀ ਫਿਰ। ਤੇਰੇ ਨਾਲੇ ਚੱਲਦੇ ਨੇ ਸਾਵੇ ਢੋਲਣਾ ਹਾੜਾ ਨਾ ਦੂਰ ਕਰੀ, ਤੇਰੇ ਨਾਲੇ ਚੱਲਦੇ ਨੇ ਸਾਵੇ ਢੋਲਣਾ, ਤੂੰ ਸੱਜਣਾ ਜੇ ਹੰਝੂ ਮੇਰੇ ਵੇਖੇ
ਦੀ ਕਾਫਿਰ ਤੇਰੇ ਦੂਰ ਭੁਲੇਖੇ ਹੁੰਦੇ ਕਿੰਨਾ ਦਿਲ ਵਿੱਚ ਪਿਆਰ ਤੇਰੇ ਲਈ ਬੋਲ ਨਹੀਂ ਸਕਦੇ ਹਰ ਇੱਕ ਮੂਹਰੇ ਆਪਣਾ ਦਰਦ ਫਰੋਲ ਨਹੀਂ ਸਕਦੇ ਤੂੰ ਇਹ ਸਾਡੇ ਜੀਣ ਦੀ ਵਜ੍ਹਾ ਵੇ ਡੋਲਣਾ ਹਾੜਾ ਨਾ ਦੂਰ ਕਰੀ ਤੇਰੇ ਨਾਲ ਚੱਲਦੇ ਨੇ ਸਾਵੇ ਢੋਲਣਾ ਥੈਂਕ ਯੂ ਬਬਲੀ ਦਾ ਹੋ ਗਿਆ ਵਿਆਹ ਤੇ ਬੰਟੀ ਨਾਲ ਉਹਦੇ ਚੱਲਦੇ ਨੇ ਸਾਹ ਕੀ ਨਾਮ ਤੁਹਾਡਾ ਸ਼ਿਵਮ ਨਾਮ ਮੇਰਾ ਸ਼ਿਵਮ ਜੀ ਹਾਂਜੀ ਤੇ ਕੀ ਸ਼ੌਂਕ ਹੈ ਜੀ ਆਪਣੇ ਸਿੰਗਿੰਗ ਵੀਰ ਸਿੰਗਿੰਗ ਹਾਂਜੀ ਪੜਾਈ ਵਧੀਆ ਚੱਲ ਰਹੀ ਹੈ ਜੀ ਹਾਂਜੀ ਵਧੀਆ ਚੱਲਦੀ ਓਕੇ 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 ਸੁਣਾਓ ਫਿਰ ਹਾਏ ਸੋਹਣੀ ਹੈ ਜੇ ਤੇਰੇ ਨਾਲ ਦਗਾ ਮੈਂ ਕਮਾਵਾ ਨੀ ਰੱਬ ਕਰੇ ਮੈਂ ਮਰ ਜਾਵਾਂ ਦੁਨੀਆ ਤੋਂ ਡਰ ਕੇ ਜੇ ਤੈਨੂੰ ਛੱਡ ਜਾਵਾਂ ਨੀ ਰੱਬ ਕਰੇ ਮੈਂ ਮਰ ਜਾਵਾਂ ਹਾਏ ਨੀ ਅੱਲਾ ਦਿਸੋ ਮੈਂ ਮਰ ਜਾਵਾਂ ਗਾਣਾ ਬਹੁਤ ਸੋਹਣਾ ਸੀਗਾ ਵੀ ਅੱਲਾ ਕਰੇ ਮੈਂ ਮਰ ਜਾਵਾਂ ਪਰ ਜਦੋਂ ਸੈਡ ਸੌਂਗ ਦੇ ਢੋਲ ਵੱਜਦਾ ਹੁੰਦਾ ਨਾ ਬੰਦਾ ਕਹਿੰਦਾ ਮੈਂ ਇੱਥੇ ਵੀ ਨੱਚ ਹੀ ਦੋ ਵੀ ਮਰ ਜਾਵਾਂ ਤੇ ਬਹੁਤ ਵਧੀਆ ਸਾਹ ਜੀ ਕਿਤੇ ਰੱਖੋ ਕੰਮ ਬਹੁਤ ਸੋਹਣੀ ਆਵਾਜ਼ ਵੀਰੇ ਹੋਰ ਰਿਆਜ਼ ਕਰੋ ਕਿੱਦਾਂ ਜੀ ਫਿਰ ਵਧੀਆ ਤੁਹਾਨੂੰ ਮੈਂ ਗੱਲ ਸੁਣਾਉਣਾ ਚਾਹੁੰਦਾ ਸੁਣਾਓ ਕੁੜੀ ਦੇ ਮੁੰਡੇ ਦੀ ਹੋਈ ਦੀ ਲੜਾਈ ਕੁੜੀ ਮੁੰਡੇ ਨੂੰ ਕਹਿੰਦੀ ਆ ਕੀ ਕਹਿੰਦੀ ਆ ਮੁੰਡਾ ਕਹਿੰਦਾ ਪਹਿਲਾਂ ਕੁੜੀ ਨੂੰ ਸਹੀ ਦੱਸ ਵੀ ਕਹਿੰਦਾ ਕੌਣ ਮੁੰਡਾ ਕਹਿੰਦਾ ਕੁੜੀ ਨੂੰ ਕਹਿੰਦਾ ਸਾਡੀ ਜਾਨ ਦੇ ਬਣੀਏ ਤੇਰਾ ਹਾਸਾ ਹੋ ਗਿਆ ਅਗੋ ਕੁੜੀ ਕਹਿੰਦੀ ਆ ਤੂੰ ਅਜੇ ਵੀ ਮੇਰੇ ਪਿੱਛਾ ਨਾ ਮੇਰੇ ਘਰ ਦਾ ਕਾਕਾ ਹੋ ਗਿਆ ਘਰਦਿਆਂ ਨੇ ਸੁੱਖਾ ਮੰਗ ਮੰਗ ਕੇ ਮੁੰਡਾ ਮੰਗਿਆ ਹੁੰਦਾ ਵੀ ਰੱਬਾ ਮੁੰਡਾ ਦਈ ਰੱਬਾ ਮੁੰਡਾ ਦਈ ਸੋਹਣਾ ਸੁਨੱਖਿਆ ਬਾਈ ਜੰਮ ਜਾਂਦਾ ਇਹਨਾਂ ਦੀ ਫੇਸਬੁੱਕ ਆਈ ਡੀ ਹੁੰਦੀ ਹੈ ਸਵੀਟ ਸੋਹਣਾ ਕੱਲੀ ਬੈਠ ਕੇ ਸੋਚ ਕੁੜੇ ਮੈਂ ਕਿੰਨਾ ਤੈਨੂੰ ਹਾਂ ਚਾਹੁੰਦਾ ਨੀ ਮੈਂ ਨੀ ਪੀਂਦਾ ਤੇਰਾ ਇਸ਼ਕ ਬਣਾਉਂਦਾ ਨੀ ਸਾਡੇ ਨਾਲ ਤੁਰ ਫੇਰ ਹੋਈ ਮਸ਼ਹੂਰ ਕਰਦੀਆਂ ਹੁਣ ਕਾਤੋਂ ਅਲੜਾਂ ਦੀ ਸਾਂਭ ਸਾਂਭ ਰੱਖਾਂ ਤੇਰੀਆਂ ਨਿਸ਼ਾਨੀਆਂ ਕੁੱਟ ਕੁੱਟ ਸਿੰਨੇ ਨਾਲ ਲਾਉਂਦਾ ਨੀ ਮੈਰੀ ਤੇਰਾ ਇਸ਼ਕ ਪਿਆਰਦਾ ਨੀ ਅੱਛਾ ਬਹੁਤ ਸੋਹਣਾ ਗਾਇਆ ਬਾਈ ਨੇ ਮੈਨੂੰ ਤਾਂ ਤਰਸ ਆਉਂਦਾ ਪੈਂਟ ਤੇ ਵੀ ਟਿੱਕੀ ਕਿਵੇਂ ਖੜੀ ਹੈ ਬੈਲਟ ਪਾਈ ਹੈ ਬਹੁਤ ਸੰਗਲ ਪਾਇਆ ਨਾਲ ਸੰਗਲ ਪੂਰਾ ਬੰਨਿਆ ਬੰਨਿਆ ਕਰ ਪੂਰਾ ਕੀ ਨਾਮ ਤੁਹਾਡਾ ਮਨਦੀਪ ਕੀ ਸੁਣਾਓਗੇ ਜੀ ਅੱਜ ਸਰ ਸੌਂਗ ਗਾ ਦੇਣੀ ਏਦਾਂ ਸ਼ੌਂਕ ਲਈ ਆਵਾਜ਼ ਤੇ ਅੱਛੀ ਨਹੀਂ ਹੈ ਅੱਛਾ ਜੀ ਹਾਂਜੀ ਸਰ ਚਲੋ ਇਹ ਬਹੁਤ ਵਧੀਆ ਵੀ ਕੁੜੀ ਨੇ ਸੱਚ ਤਾਂ ਬੋਲਿਆ ਚਲੋ ਜੀ ਨਹੀਂ ਜਿੱਦਾਂ ਦੀ ਆਵਾਜ਼ ਬਹੁਤ ਵਧੀਆ ਆਵਾਜ਼ ਸੁਣਾਓ ਟਰਾਈ ਕਰ ਦਿੰਨੀ ਆ ਇੱਕ ਮੁੰਡੇ ਨੂੰ ਮੈਂ ਯਾਰੋ ਫੋਨ ਲਾਇਆ ਸੀ ਤੇ ਲੱਗਾ ਰੋਂਗ ਨੰਬਰ ਫੋਨ ਅੱਗੋਂ ਕਿਸੇ ਕੁੜੀ ਨੇ ਸੀ ਚੁੱਕਿਆ ਤੇ ਕਹਿੰਦੀ ਕਿਹੜਾ ਕੰਜਰ ਇੰਨੀ ਗੱਲ ਕਹਿ ਕੇ ਉਹਨੇ ਫੋਨ ਕੱਟਤਾ ਉਹ ਯਾਰਾਂ ਨੇ ਵੀ ਫੇਰ ਹੀ ਉਸੇ ਵੇਲੇ ਰੱਖਤਾ ਕਹਿੰਦੀ ਤੁਹਾਡਾ ਨੰਬਰ ਹੈ ਰੋਂਗ ਲੱਗਿਆ ਜੀ ਮੈਨੂੰ ਤੰਗ ਨਾ ਕਰੋ ਤੇ ਮੁੰਡਾ ਕੀ ਕਹਿੰਦਾ ਪਤਾ ਕਹਿੰਦਾ ਹੌਲੀ ਹੌਲੀ ਰੋਂਗ ਆਪੇ ਠੀਕ ਹੋ ਜੂਗਾ ਜੀ ਤੁਸੀਂ ਗੱਲ ਤਾਂ ਕਰੋ ਭੰਗੜੇ ਦੀ ਮੈਂ ਬਹੁਤ ਵੱਡੀ ਫੈਨ ਆ ਸੁਪਰ ਭੰਗੜਾ ਪਾਉਂਦੇ ਦੀ ਬੈਸਟ ਹੈ ਥੈਂਕ ਯੂ ਸੋ ਮਚ ਮੈਂ ਪਾਉਂਗਾ ਜੀ ਪਾਉਂਗਾ ਬਰਥਡੇ ਤੁਮ ਚਾਕਲੇਟਾਂ ਬਹੁਤ ਸਾਰੀ ਮੁਬਾਰਕਾਂ ਥੈਂਕ ਯੂ ਸਰ ਥੈਂਕ ਯੂ ਹੈਪੀ ਬਰਥਡੇ ਬ੍ਰੋ ਹੈਪੀ ਬਰਥਡੇ ਜੀ ਹੈਪੀ ਬਰਥਡੇ ਕੀ ਨਾਮ ਤੁਹਾਡਾ ਰਵਿੰਕਲ ਹਾਂਜੀ ਰਵਿੰਕਲ ਰਵਿੰਕਲ ਜੇ ਇੰਕਲ ਕੱਟ ਦਿੱਤਾ ਫਿਰ ਤਾਂ ਰਾਵੀ ਰਹਿ ਗਿਆ ਸ਼ੌਂਕ ਮਿਊਜ਼ਿਕ ਸੁਣਨਾ ਐਂਡ ਖਾਣਾ ਬਣਾਉਣਾ ਓਕੇ ਜੀ ਓਕੇ ਮੈਨੂੰ ਆਵਾਜ਼ ਆਈ ਪਿੱਛੋਂ ਕਿਹੜੇ ਜਨਮ ਦਿਨ ਹੈ ਤੁਹਾਡਾ ਹਾਂਜੀ ਬੜੇ ਜੀ ਬਹੁਤ ਸਾਰੀ ਮੁਬਾਰਕਾਂ
ਆਈ ਨੀ ਤੇਰੇ ਹੈਪੀ ਬਰਥਡੇ ਤੇ ਕਰੀਏ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ ਥੈਂਕ ਯੂ ਸੋ ਮਚ ਬਾਈ ਗੋਡ ਬਲੈਸ ਯੂ ਵੀਰੇ ਬਹੁਤ ਸਾਰੀ ਰਿਸਪੈਕਟ ਬਹੁਤ ਸਾਰਾ ਪਿਆਰ ਕੀ ਸ਼ੌਂਕ ਹੈ ਜੀ ਸਿੰਗਿੰਗ ਚਲੋ ਸੁਣਾਓ ਜੀ ਬਾਈ ਗੀਤ ਐਤਵਾਰ ਦਾ ਦਿਨ ਸੀ ਨਾ ਕੇ ਚੜੀ ਚ ਵਾਰੇ ਨੀ ਮਰ ਜਾਣਾ ਮੈਨੂੰ ਗਲੀ ਚੋਂ ਖੜ ਕੇ ਕਰੇ ਇਸ਼ਾਰੇ ਨੀ ਉਹ ਧੱਕੇ ਨਾਲ ਚੀਚੀ ਦੇ ਵਿੱਚ ਮੁੰਦਰੀ ਪਾ ਗਿਆ ਨੀ ਉਹ ਬਾਹਮਣਾ ਦਾ ਮੁੰਡਾ ਮੈਨੂੰ ਫਤਿਹ ਬੁਲਾ ਗਿਆ ਨੀ ਹੋ ਗਈ ਮੈਂ ਦੀਵਾਨੀ ਉਹਦੀਆਂ ਸ਼ੌਂਕ ਅਡਾਵਾਂ ਤੇ ਵਸਦਾ ਬਟਾਲੇ ਵਾਲਾ ਪ੍ਰਿੰਸ ਮੇਰੇ ਅੰਗ ਸੰਗ ਸਾਵਾਂ ਤੇ ਰਾਤਾਂ ਦੀ ਤਾਂ ਚੰਦਰਾ ਮੇਰੀ ਨੀਂਦ ਚ ਰਾ ਗਿਆ ਨੀ ਉਹ ਬਾਹਮਣਾ ਦਾ ਮੁੰਡਾ ਮੈਨੂੰ ਫਤਿਹ ਬੁਲਾ ਗਿਆ ਨੀ ਕੀ ਹਾਲ ਚਾਲ ਜੀ ਬਸ ਵਧੀਆ ਬਾਈ ਜੀ ਤੇ ਕੀ ਏਮ ਹੈ ਜੀ ਜ਼ਿੰਦਗੀ ਦਾ ਏਮ ਜ਼ਿੰਦਗੀ ਦਾ ਜੀ ਸਿੰਗਿੰਗ ਸਿੰਗਿੰਗ ਹਾਂਜੀ ਸਿੰਗਿੰਗ ਵਾਲੀ ਲਾਈਨ 'ਚ ਜਾਣਾ ਜੀ ਕਦੇ ਤੁਸੀਂ ਐਂ ਸੋਚਿਆ ਵੀ ਮੈਂ ਇਹ ਕੰਮ ਕਰਨਾ ਚਾਹੁੰਦਾ ਸੀ ਜਾਂ ਇਹ ਕੰਮ ਨਹੀਂ ਹੋਇਆ ਕਿਉਂਕਿ ਇੱਕ ਸੁਪਨਾ ਹੁੰਦਾ ਉਹ ਹਨਾ ਪੂਰਾ ਨਹੀਂ ਹੋ ਸਕਦਾ ਜਾਂ ਕੁਝ ਇੱਦਾਂ ਦਾ ਹੈਗਾ ਹੋਇਆ ਕਦੇ ਹਾਂਜੀ ਹਜੇ ਤਾਂ ਸਰ ਚੱਲ ਰਿਹਾ ਜੀ ਕੀ ਚੱਲ ਰਿਹਾ ਜੀ ਮਤਲਬ ਇੱਕ IPS ਦਾ ਸੁਪਨਾ ਆਇਆ ਜੀ IPS ਦਾ ਸੁਪਨਾ ਜੀ ਉਧਰੋਂ ਗਾਇਕੀ ਵੀ ਹੈ ਹਾਂਜੀ ਇਧਰੋਂ IPS ਵੀ ਉਹ ਪ੍ਰੋਫੈਸ਼ਨਲ ਓਕੇ ਤੁਸੀਂ ਲੱਗ ਗਏ IPS ਅਫਸਰ ਹਾਂਜੀ ਨੀਲੀ ਬੱਤੀ ਵਾਲੀ ਗੱਡੀ ਹਾਂਜੀ ਵੇ ਅੰਦਰ ਤੁਸੀਂ ਗਾਣੇ ਗਾਈ ਜੋ ਉਹ ਆਪਣੇ ਹੈ ਉਹ ਆਪਣੇ ਲਈ ਹੈ ਡਰਾਈਵਰ ਵੀ ਕਹਿੰਦਾ ਹੋਵੇ ਯਾਰ ਵੀ ਕਿੱਦਾਂ ਨਾ ਟੱਕਰਿਆ IPS ਗਾਣੇ ਨੂੰ ਇਹੋ ਜਿਹੇ ਗਾਵੇ ਤੂੰ ਬਦਲੀ ਸੋ ਬਾਹਰ ਹਨਾ ਉਹ ਕਵੇ ਮਹਾਰਾਜ ਅਫਸਰ ਸਾਹਿਬ ਅੱਗੇ ਕੰਮ ਕੁੰਮ ਹੀ ਕਰ ਰਿਹਾ ਕਿ ਨਹੀਂ ਚਲੋ ਵਧੀਆ ਦੋਵੇਂ ਸੁਪਨੇ ਪੂਰੇ ਹੋਣ ਰੱਬ ਕਰੇ ਖੁਸ਼ ਰਹੋ ਸੁਣਾਓ ਫਿਰ IPS ਅਫਸਰ ਸਾਹਿਬ ਉੱਥੇ ਮੰਦਿਰ ਬਣਾ ਲੇ ਲੋਕਾਂ ਉੱਥੇ ਮੰਦਿਰ ਬਣਾ ਲੇ ਲੋਕਾਂ ਜਿੱਥੋਂ ਦੀ ਮੇਰਾ ਯਾਰ ਲੰਘਿਆ ਜਿੰਦੇ ਮੇਰੀ ਮਹਿਤਾ ਸਾਹਿਲ ਮਹਿਤਾ ਛੋਟੇ ਹੁੰਦੇ ਬਹੁਤ ਸ਼ਰਾਨੀਆਂ ਕੀਤੀਆਂ ਸ਼ਕਲ ਤੋਂ ਲੱਗਦਾ ਸ਼ਕਲ ਤੋਂ ਵੀ ਲੱਗਦਾ ਨਾ 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 ਇਹ ਕਿਸੇ ਟੀਚਰ ਨੇ ਐਸੇ ਜੇ ਕੰਨ ਮਰੋੜੇ ਮੁੜ ਕੇ ਸਿੱਧੇ ਨਹੀਂ ਹੋਏ ਇਹ ਮੇਰੀ ਬੇਬੇ ਨੇ ਮਰੋੜੇ ਬੇਬੇ ਨੇ ਮਰੋੜੇ ਛੋਟਾ ਹੀ ਕੰਮ ਮੈਂ ਥਰਡ ਦੀ ਗੱਲ ਆ ਫਰੈਂਡ ਆਪਣੇ ਨਾਲ ਗਿਆ ਪਿੰਡ ਹੀਗਾ ਤੇ ਪਿੰਡ ਰਹਿੰਦਾ ਗੁਮਟਾਲੇ ਮੈਂ ਅੰਮ੍ਰਿਤਸਰ ਓਕੇ ਗੰਨਿਆਂ ਦੀ ਟਰਾਲੀ ਤੁਹਾਨੂੰ ਪਤਾ ਹੋਣਾ ਹਨਾ ਪਿੱਛੋਂ ਗੰਨੇ ਲਾ ਲਿਆਂਦੇ ਆਪਾਂ ਲਿਆਂਦਾ ਘਰੇ ਬੇਬੇ ਨੂੰ ਬੇਬੇ ਨੇ ਕਿੱਥੋਂ ਲਿਆਂਦਾ ਮੈਂ ਕਿਹਾ ਇੱਦਾਂ ਟਰਾਲੀ ਤੋਂ ਲੱਗ ਲਿਆਂਦਾ ਬਸ ਫਿਰ ਕੰਨਾਂ ਤੇ ਚੱਲਣ ਤੇ ਜਿੱਥੇ ਪੈਂਦੀ ਪੈਣ ਤੇ ਸੁਣਾਓ ਜੀ ਫਿਰ ਗੀਤ ਹੋ ਚੰਗੇ ਰਹਿ ਗਏ ਯਾਰ ਜਿਹੜੇ ਰਹੇ ਬਚ ਕੇ ਜਿੰਨੀਆਂ ਮਸ਼ੂਕਾਂ ਯਾਰ ਹੋਏ ਉਹਨੇ ਖਰਚੇ ਚੰਗੇ ਰਹਿ ਗਏ ਯਾਰ ਜਿਹੜੇ ਰਹੇ ਬਚ ਕੇ ਜਿੰਨੀਆਂ ਮਸ਼ੂਕਾਂ ਯਾਰ ਹੋਏ ਉਹਨੇ ਖਰਚੇ ਇੱਕ ਕਹਿੰਦੀ ਆਈਫੋਨ ਲੈ ਦੋ ਚੰਨ ਜੀ ਓਏ ਹੋਏ ਇੱਕ ਕਹਿੰਦੀ ਆਈਫੋਨ ਲੈ ਦੋ ਚੰਨ ਜੀ ਚੰਨ ਚੰਨ ਚ ਵੀ ਦਾਗ ਹੁੰਦੇ ਮਾੜੇ ਮਾੜੇ ਚੰਨ ਚ ਦਾਗ ਦਾਗ ਹੁੰਦੇ ਆ ਕੋਈ ਚੱਕਰ ਹਾਂਜੀ ਹਾਂਜੀ ਇੱਕ ਕਹਿੰਦੀ ਆਈਫੋਨ ਲੈ ਦੋ ਚੰਨ ਜੀ ਦੂਜੀ ਕਹਿੰਦੀ ਸੂਟ ਮੈਨੂੰ ਇਹ ਪਸੰਦ ਜੀ ਤੀਜੀ ਕਹਿੰਦੀ ਚੁੰਮ ਕੇ ਬੜੇ ਨੇ ਜੱਚ ਦੇ ਚੰਗੇ ਰਹਿ ਗਏ ਯਾਰ ਜਿਹੜੇ ਰਹੇ ਬਚ ਕੇ ਜਿੰਨੀਆਂ ਮਸ਼ੂਕਾਂ ਯਾਰ ਉਹਨੇ ਖਰਚੇ ਬਹੁਤ ਵਧੀਆ ਬਹੁਤ ਵਧੀਆ ਆਈਫੋਨ ਨਹੀਂ ਲੈ ਕੇ ਦਿੱਤਾ ਇਸੇ ਚੰਦ ਨੇ ਕਿਉਂਕਿ ਇਹਨੂੰ ਚੇਤਾ ਆ ਗਿਆ ਮੰਮੀ ਦੇ ਪੁੱਟੇ ਹੋਏ ਕੰਨ ਨੇ ਮੰਮੀ ਦੇ ਪੁੱਟੇ ਹੋਏ ਕੰਨ ਕੀ ਹਾਲ ਚਾਲ ਜੀ ਫਿਰ ਠੀਕ ਹੈ ਖੜੇ ਹੀ ਹੋ ਜੋ ਕਿਵੇਂ ਹੋ ਬਸ ਵਧੀਆ ਜੀ ਠੀਕ ਹੈ ਜੀ ਹਾਂਜੀ ਸੂਟ ਬਹੁਤ ਸੋਹਣਾ ਪਾਇਆ ਜੀ ਤੇ ਕਿੱਥੋਂ ਬਿਲੋਂਗ ਕਰਦੇ ਹੋ ਗੁਰਦਾਸਪੁਰ ਤੋਂ ਗੁਰਦਾਸਪੁਰ ਤੋਂ ਮਾਣ ਜਿਹਾ ਹੁੰਦਾ ਵੀ ਅਸੀਂ ਗੁਰਦਾਸਪੁਰੀ ਹੈ ਹਾਂਜੀ ਜੀ ਹਾਂਜੀ ਬਹੁਤ ਜ਼ਿਆਦਾ ਕਿਹੜੀ ਕਿਹੜੀਆਂ ਐਸੀਆਂ ਖੂਬੀਆਂ ਵੀ ਤੁਸੀਂ ਮਾਣ ਕਰਦੇ ਹੋ ਕਿ ਯੈਸ ਯੂ ਆਰ ਪ੍ਰਾਊਡ ਟੂ ਬੀ ਅ ਗੁਰਦਾਸਪੁਰੀ ਹੈ ਬਈ ਗੋਲੀ ਗਾਲੀ ਬੜੀ ਜਲਦੀ ਜੇ ਬਦਮਾਸ਼ੀ ਪੂਰੀ ਹੈ ਗੁਰਦਾਸਪੁਰੀਆਂ ਦੀ ਬਦਮਾਸ਼ ਮੈਂ ਦੇਖ ਰਿਹਾ ਐਕਚੁਅਲੀ ਇਹ ਬਦਮਾਸ਼ ਛੋਟਾ ਬਦਮਾਸ਼ ਹੈ ਛੋਟਾ ਹਾਂਜੀ ਜਦੋਂ ਜਦੋਂ ਐਡੀ ਕ੍ਰਿਟੀਕਲ ਕੰਡੀਸ਼ਨ ਨਹੀਂ ਹੁੰਦੀ ਪਹਿਲਾਂ ਛੋਟੇ ਬਦਮਾਸ਼ ਆਉਂਦੇ ਹਾਂਜੀ ਜੇ ਛੋਟੇ ਬਦਮਾਸ਼ਾਂ ਕੋਲੋਂ ਨਾ ਸਾਂਭੇ ਜਾਵੇ ਫਿਰ ਵੱਡੇ ਬਦਮਾਸ਼ ਆਉਂਦੇ ਹਾਂਜੀ ਬੰਦੂਕ ਤਾਂ ਚੱਕ ਲੈਣੋ ਜੀ ਉਹ ਹੀ ਟੇਢੀ ਹੋ ਜਾਣੀ ਉਹ ਤੋਂ ਡੀਪ ਕਿ ਨਹੀਂ ਚੱਕੀ ਨਹੀਂ ਜੇ ਅਜੇ ਬਈ ਝੂਠ ਨਹੀਂ ਬੋਲਦੇ ਜੀ ਸੁਣਾਓ ਜੀ ਗੀਤ ਫਿਰ ਸਾਨੂੰ ਤੇ ਐਸਾ ਮਾਹੀ ਲਹਿਦੇ ਨੀ ਮਾਏ ਸਾਨੂੰ ਤੇ ਐਸਾ ਮਾਹੀ ਲਹਿਦੇ ਨੀ ਮਾਏ ਦਿਲ ਦੀ ਜੋ ਰਮਜ ਪਛਾਣੇ ਸੋਹਣਾ
ਸੋਹਣਾ ਹੋਵੇ ਨਾ ਹੋਵੇ, ਸੋਹਣਾ ਬੇਸ਼ੱਕ ਸੋਹਣਾ ਹੋਵੇ ਨਾ ਹੋਵੇ, ਲੱਗੀਆਂ ਨਿਭਾਵਣ ਜਾਣੇ ਸਾਨੂੰ ਤੇ ਐਸਾ ਮਾਹੀ। ਚਲੋ ਬਹੁਤ ਵਧੀਆ ਜੀ, ਥੈਂਕ ਯੂ ਜੀ, ਗੋਡ ਬਲੈਸ ਯੂ, ਬਾਬਾ ਜੀ ਮਿਹਰ ਕਰ, ਥੈਂਕ ਯੂ। ਚਲੋ ਜੀ, ਪੂਰਾ ਫਨ ਕੀਤਾ, ਗੱਲਾਂ ਬਾਤਾਂ ਕੀਤੀਆਂ, ਮਸਤੀਆਂ ਕੀਤੀਆਂ, ਹੁਣ ਆਪਾਂ ਮੁੰਡਿਆਂ ਤੋਂ ਸੁਣਦੇ ਹਾਂ ਜੀ ਬੋਲੀਆਂ। ਉਹ ਪਿੰਡਾਂ ਵਿੱਚੋਂ ਪਿੰਡ ਸੁਨੱਖਾ, ਪਿੰਡ ਸੁਨੱਖਾ ਕੁੱਲਾ, ਓਏ ਉੱਥੋਂ ਦੀਆਂ ਦੋ ਦੋ ਕੁੜੀਆਂ, ਓਏ ਇੱਕ ਪਤਲੀ ਇੱਕ ਪਾਰੀ, ਓਏ ਪਤਲੀ ਦਾ ਵਿਆਹ ਹੋ ਗਿਆ, ਪਾਰੀ ਰਹਿ ਗਈ ਕੁਆਰੀ, ਆਪੇ ਲੈ ਜਾਣਗੇ ਜਿਨ੍ਹਾਂ ਨੂੰ ਲੱਗੇ ਪਿਆਰੀ, ਆਪੇ ਲੈ ਜਾਣਗੇ ਜਿਨ੍ਹਾਂ ਨੂੰ ਲੱਗੇ ਪਿਆਰੀ। ਨੀ ਜਿਹੜੀ ਗੁੱਟ ਤੇ ਮੋੜ ਨੀ ਪਾਈ, ਨੀ ਉਹ ਵੀ ਮਿੱਤਰਾਂ ਨੇ ਖੁਣਵਾਈ, ਨੀ ਖਾਧੀ ਕਠਿਆ ਨੇ ਮਠਿਆਈ, ਆਈ ਨੀ ਕੁੜੀਏ ਰਾਣੀ ਮੁੰਡਿਆਂ ਦੀ ਵਿੱਚ ਨਾ ਤੇਰਾ ਨਿਤ ਬੋਲੇ, ਨੀ ਕੁੜੀਏ ਰਾਣੀ ਮੁੰਡਿਆਂ ਦੀ ਵਿੱਚ ਨਾ ਤੇਰਾ ਨਿਤ ਬੋਲੇ, ਨੀ ਕੁੜੀਏ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਚੋਕਲੇਟ ਹੈ। ਹਾਂਜੀ, ਤੁਹਾਨੂੰ ਮਿੱਠਾ ਬਹੁਤ ਪਸੰਦ ਆ ਨਾ, ਇਸ ਕਰਕੇ ਸਪੈਸ਼ਲ ਮੈਂ ਤੁਹਾਡੇ ਲਈ ਲੈ ਕੇ। ਥੈਂਕ ਯੂ ਜੀ, ਬਹੁਤ ਸਾਰਾ ਧੰਨਵਾਦ ਜੀ। ਹੋਰ ਨਵੀਂ ਤਾਈ ਜੀ? ਵਧੀਆ, ਤੁਸੀਂ ਸੁਣਾਓ? ਠੀਕ ਹੈ ਜੀ। ਸ਼ੌਂਕ ਜੀ? ਕੁਛ ਵੀ ਨਹੀਂ। ਗੀਤ ਸੁਣਾਓ ਜੀ। ਸੌਂਗ ਨਹੀਂ ਆਉਂਦਾ? ਹਾਂਜੀ, ਸੌਂਗ ਨਹੀਂ ਆਉਂਦਾ, ਤੁਸੀਂ ਗਾਣਾ ਗਾਓ, ਮੈਂ ਡਾਂਸ ਕਰਦੀ ਹਾਂ। ਤੁਸੀਂ ਢੋਲਦੇ ਨੱਚੋ ਜੀ। ਭੰਗੜੇ ਵੀ ਪਏ, ਕੁੜੀਆਂ ਨੇ ਵੀ ਡਾਂਸ ਕੀਤਾ, ਗੱਲਾਂ ਬਾਤਾਂ ਵੀ ਹੋਈਆਂ। ਤੁਸੀਂ ਰਿਮੋਟ ਨੂੰ ਬਿਲਕੁਲ ਹੱਥ ਨਾਲ ਆਇਓ, ਹੁਣ ਵੇਲਾ ਹੋ ਚੁੱਕਿਆ ਜੀ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਜੀ ਇੱਕ ਛੋਟੇ ਜਿਹੇ। ਚਲੋ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਤੁਹਾਡੇ ਆਪਣੇ ਫੇਵਰੇਟ ਸ਼ੋਅ ਜਿਹਦਾ ਨਾਂ ਹੈ ਜੀ ਕੰਟੀਨੀ ਮੰਡੀਰ। ਮੱਝ 'ਚ ਫਿਰਦੇ ਹਾਂ ਜੀ ਗੁਰਦਾਸਪੁਰ GNDU ਦਾ ਰੀਜਨਲ ਕੈਂਪਸ, ਬਹੁਤ ਸ਼ਾਨਦਾਰ ਕੈਂਪਸ, ਬਹੁਤ ਕਲਾਕਾਰ ਮੁੰਡੇ ਕੁੜੀਆਂ, ਬਹੁਤ ਟੈਲੈਂਟਡ। ਅਸੀਂ ਬੱਚਿਆਂ ਦਾ ਟੈਲੈਂਟ ਦੇਖ ਲਿਆ, ਹੁਣ ਅਸੀਂ ਇੱਥੋਂ ਦੇ ਟੀਚਰ ਸੰਬੰਧਾਂ ਨਾਲ ਕਰਦੇ ਹਾਂ ਜੀ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਤੁਹਾਡਾ ਸ਼ੁਭ ਨਾਮ ਜੀ? ਡਾਕਟਰ ਸੰਦੀਪ ਸੂਦ। ਸੰਦੀਪ ਸੂਦ ਸਰ, ਕਿੰਨਾ ਚਿਰ ਹੋ ਗਿਆ ਜੀ ਸਰ ਤੁਹਾਨੂੰ ਇੱਥੇ? ਮੈਂ 2004 ਚ ਇੱਥੇ ਆਇਆ ਸੀ ਜੀ। ਓਕੇ ਜੀ, ਐਜ਼ ਅ ਲੈਕਚਰਰ ਆਏ ਸੀ ਜੀ? ਹਾਂ, ਐਜ਼ ਅ ਲੈਕਚਰਰ। ਹੁਣ ਤੁਹਾਡੀ ਪੋਸਟ ਕਿਹੜੀ ਹੈ ਇੱਥੇ ਸਰ? ਐਜ਼ ਅ ਮਤਲਬ ਮੈਂ ਪ੍ਰੋਫੈਸਰ ਕੰਮ ਕਰ ਰਿਹਾ, ਨਾਲ ਐਡੀਸ਼ਨਲ ਜਿਹੜਾ ਹੈ ਉਹ ਕੈਂਪਸ ਦਾ ਐਸੋਸੀਏਟ ਡੀਨ ਮਤਲਬ ਡਾਇਰੈਕਟਰ, ਐਜ਼ ਅ ਡਾਇਰੈਕਟਰ ਕੰਮ ਕਰ ਰਿਹਾ। ਓਕੇ ਜੀ, ਓਕੇ ਜੀ, ਓਕੇ ਜੀ। ਪੜ੍ਹਾਉਣੇ ਵੀ ਹੋ ਜੀ ਨਾਲ ਨਾਲ, ਨਾਲ ਨਾਲ ਡੀਨ ਵੀ, ਜ਼ਿੰਮੇਵਾਰੀਆਂ ਵੱਧ ਗਈਆਂ ਜੀ? ਹਾਂਜੀ ਹਾਂਜੀ। ਕਿੰਨਾ ਕੁ ਔਖਾ ਲੱਗਦਾ ਜੀ ਕਿ ਠੀਕ ਹੈ? ਠੀਕ ਹੈ ਜੀ, ਹੈ ਨਾ, ਦੇਖੋ ਜ਼ਿੰਦਗੀ 'ਚ ਕੁਛ ਨਾ ਕੁਛ ਪ੍ਰੋਬਲਮ ਫੇਸ ਕਰੋਗੇ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਨਾ ਸੋਲੂਸ਼ਨ ਕਿੱਦਾਂ ਨਿਕਲਦੇ ਹੈ ਨਾ ਪ੍ਰੋਬਲਮ 'ਤੇ, ਹੈ ਨਾ। ਪਰਿਵਾਰ 'ਚ ਕੌਣ ਕੌਣ ਹੈ ਜੀ? ਪਰਿਵਾਰ 'ਚ ਮੇਰੇ ਵਾਈਫ ਹੈਗੇ, ਦੋ ਬੇਟੀਆਂ ਹੈਗੀਆਂ ਮੇਰੀਆਂ। ਓਕੇ ਜੀ, ਓਕੇ। ਹਾਂ ਚਲੋ ਠੀਕ ਹੈ ਜੀ। ਵਾਈਫ ਦੀ ਬੜੀ ਬਰੇਟੇ ਲੈ ਜਾਏਗਾ ਵੀ ਮੇਰੇ ਵਾਈਫ ਹੈਗੇ। ਨਹੀਂ ਨਹੀਂ, ਏਦਾਂ ਦੀ ਗੱਲ ਨਹੀਂ ਹੈਗੀ, ਜਿਹੜੀ ਆਹ ਸਮਾਈ ਸੀਗੀ ਉਦੋਂ ਨਹੀਂ ਹੋਣੀ ਆਈ। ਨਹੀਂ ਨਹੀਂ, ਏਦਾਂ ਦੀ ਗੱਲ ਨਹੀਂ ਹੈਗੀ ਕੋਈ ਵੀ। ਤੁਸੀਂ ਆਪ ਹੀ ਅੱਗੇ ਕਹਿਣਾ ਨਾ ਵੀ ਸੋਲੂਸ਼ਨ ਉਦੋਂ ਨਿਕਲੂਗਾ ਜਦੋਂ ਆਪਾਂ ਪ੍ਰੋਬਲਮ ਦੇ ਵਿੱਚ ਫਸਾਂਗੇ। ਹਾਂਜੀ ਹਾਂਜੀ, ਫਿਰ ਵਿਆਹ ਕਰਾ ਲਿਆ, ਸੋਲੂਸ਼ਨ ਨਿਕਲ ਰਿਹਾ ਨਾ? ਹਾਂ, ਨਿਕਲ ਗਿਆ। ਥੈਂਕ ਯੂ ਸੋ ਮਚ ਜੀ, ਬਹੁਤ ਵਧੀਆ ਲੱਗਿਆ ਗੱਲ ਕਰਕੇ। ਸਤਿ ਸ਼੍ਰੀ ਅਕਾਲ ਜੀ ਮੈਡਮ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸ਼ੁਭ ਨਾਮ ਜੀ? ਹਰਜੋਤ। ਹਰਜੋਤ ਮੈਮ, ਤੁਸੀਂ ਇੱਥੇ ਐਜ਼ ਅ ਅਸਿਸਟੈਂਟ ਪ੍ਰੋਫੈਸਰ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ। ਓਕੇ ਜੀ, ਵਧੀਆ ਚੱਲ ਰਹੀ ਲਾਈਫ? ਹਾਂਜੀ, ਬਹੁਤ ਅੱਛੀ। ਬੱਚੇ ਸਾਂਭੇ ਜਾਂਦੇ ਜੀ? ਹਾਂਜੀ। ਤੁਸੀਂ ਮਾਝੇ ਦੇ ਜੀ? ਹਾਂਜੀ ਹਾਂਜੀ। ਓਕੇ ਓਕੇ ਓਕੇ। ਕਹਿੰਦੇ ਜੀ ਮਾਝੇ ਵਾਲੇ ਥੋੜੇ ਜਿਹੇ ਸ਼ਰਾਰਤੀ ਵੱਧ ਹੁੰਦੇ ਆ ਜੀ। ਹਾਂਜੀ ਹਾਂਜੀ, ਹੁੰਦੇ ਨੇ। ਹਨਾ ਜੀ, ਕਲਾਸ ਦੇ ਵਿੱਚ ਵੀ ਸ਼ਰਾਰਤੀ ਅਨਸਰ ਪਾਏ ਜਾਂਦੇ ਹੁੰਦੇ ਜੀ, 3-4 ਦੇ ਹੋਣਗੇ। ਵੈਸੇ ਮੇਰੀ ਕਲਾਸ 'ਚ ਕਦੀ ਕਿਸੇ ਨੇ ਸ਼ਰਾਰਤ ਕੀਤੀ ਨਹੀਂ। ਅੱਛਾ, ਵੈਸੇ ਨਹੀਂ ਕੀਤੀ, ਹੋਰਾਂ ਦੀ ਕਲਾਸ ਕਰਦੇ ਹੋਣਗੇ? ਹੋ ਵੀ ਸਕਦਾ। ਤੁਸੀਂ ਡਾਂਟਦੇ ਵੀ ਹੋ ਜੀ? ਹਾਂ, ਡਾਂਟ ਲੈਂਦੇ ਹਾਂ, ਲੋੜ ਨਹੀਂ ਪਈ ਵੈਸੇ ਕਦੀ ਖਾਸ, ਡਾਂਟ ਲੈਂਦੇ ਹਾਂ ਪੰਜਾਬੀ 'ਚ। ਹਾਂਜੀ ਹਾਂਜੀ, ਕਿਉਂਕਿ ਇੰਗਲਿਸ਼ 'ਚ ਇਹਨਾਂ ਨੂੰ ਸਮਝ ਨਹੀਂ ਆਉਣਾ, ਇਹਨਾਂ ਨੇ ਹੱਸੀ ਜਾਣਾ ਵੀ ਅੱਛਾ ਸ਼ਾਇਦ ਤਰੀਫ ਹੀ ਕਰ ਰਹੇ ਹੋਗੇ। ਹਾਂਜੀ ਹਾਂਜੀ, ਥੋੜ੍ਹਾ ਜਿਹਾ ਗੀਤ, ਦੋ ਲਾਈਨਾਂ ਜੀ। ਨਹੀਂ, ਮੈਨੂੰ ਵੈਸੇ ਆਂਦਾ ਨਹੀਂ ਗਾਣਾ ਬੋਲਣਾ। ਹਾਂਜੀ, ਪਰ ਵੈਸੇ ਅੱਜ ਮੈਂ ਗਾ ਦਊਂਗੀ। ਮੇਰੇ ਸਰਦਾਰ ਜੀ ਨੇ ਇੱਥੇ। ਹਾਂਜੀ ਹਾਂਜੀ ਹਾਂਜੀ, ਹੀ ਇਜ਼ ਆਲਸੋ ਵਿਦ ਮੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਡਿਪਾਰਟਮੈਂਟ। ਓਕੇ ਜੀ, ਓਕੇ ਜੀ, ਇਕੱਠੇ ਇੱਥੇ ਡਿਪਾਰਟਮੈਂਟ ਦੇ ਵਿੱਚ। ਹੁਣ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਵੀ ਗੀਤ ਗਾਓ, ਕਿਉਂਕਿ ਜਦੋਂ ਇਹਨਾਂ ਨੇ ਕਹਿ ਤਾ। ਇਹ ਭੰਗੜਾ ਬਹੁਤ ਵਧੀਆ ਪਾਉਂਦੇ ਨੇ। ਫਿਰ ਪੈ ਰਿਹਾ ਜੀ ਭੰਗੜਾ? ਲੋਕ ਕਹਿੰਦੇ ਵੀ ਯਾਰ ਯੂਨੀਵਰਸਿਟੀ ਭੰਗੜਾ ਪਾਇਆ, ਹੁਣ ਬਹੁਤ ਚਿਰ ਹੋ ਗਿਆ। ਇਹ ਕਹਿ ਸਕਦੇ ਵੀ ਹਾਂਜੀ ਹੁਣ ਤਾਂ ਭੰਗੜਾ ਪੈ ਹੀ ਰਿਹਾ ਬਸ। ਦੇਖੋ ਇਹਨਾਂ ਨੇ ਗੀਤ ਸ਼ੁਰੂ ਹੋ ਜਾਂਦਾ ਸ਼ਾਮ ਤੱਕ ਭੰਗੜਾ ਹੁੰਦਾ ਜੀ। ਇਹਨਾਂ ਨੇ ਗੀਤ ਨਹੀਂ ਸੁਣਾਇਆ, ਇਹਨਾਂ ਨੇ ਕੋਈ ਇਹ ਨਹੀਂ ਕਿਹਾ, ਮੈਂ ਇਹਨਾਂ ਨਾਲ ਹੀ ਉੱਧਰ ਦਿੱਤਾ ਵੀ ਮੇਰੇ ਸਰਦਾਰ ਆਜੋ ਆਜੋ ਆਜੋ। ਸਰਦਾਰ ਜੀ ਨਾ ਚਾਹੁੰਦੇ ਹੋ ਵੀ ਹੱਸਦੇ ਹੋਏ ਵੀ ਹਾਂ ਚਲੋ ਠੀਕ।
ਸਰਦਾਰ ਜੀ ਨੇ ਰੋਟੀ ਵੀ ਖਾਣੀ ਕਰ ਦਿਆ ਜੀ ਗੱਲਾਂ ਹੌਲੀ ਹੌਲੀ ਨਿਕਲ ਰਹੀਆਂ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਜੀ ਮਿੱਠਾ ਜੀ ਦੇਖ ਲਓ ਜੀ ਫਿਰ ਗਾਉਣਾ ਪੈਣਾ ਨਹੀਂ ਤਾਂ ਰੋਟੀ ਵਾਲੀ ਗੱਲ ਹੁਣ ਇਹਨਾਂ ਨੇ ਕਿਹਾ ਜੀ ਹੁਣ ਤਾਂ ਇਹਨਾਂ ਦੇਖ ਲਓ ਜੀ ਮੰਨਦੇ ਨਹੀਂ ਜੀ ਚਲੋ ਮੇਰੀ ਵਾਰੀ ਫਿਰ ਆ ਜਾਣੀ ਮੈਂ ਬਾਅਦ ਚੋਂ ਸੁਣਾ ਦਿੰਦਾ ਮੈਂ ਥੋੜ੍ਹਾ ਜਿਹਾ ਆਪਣਾ ਜੋਰ ਡਾਊਨ ਕਰ ਲੈਂਦਾ ਫਿਰ ਬਾਈ ਫਾਜ ਵਾਰੀ ਆ ਜਾਏਗੀ ਅੱਛਾ ਅੱਛਾ ਫਿਰ ਮੈਂ ਸੋਚਿਆ ਕਿ ਬਾਈ ਫਿਰ ਆਪਾਂ ਆ ਜਾਏਗੀ ਚਲੋ ਠੀਕ ਹੈ ਜੀ ਸੁਣਨਾ ਜ਼ਰੂਰ ਹੈ ਜੀ ਹਾਂਜੀ ਹਾਂਜੀ ਡੈਫੀਨੇਟਲੀ ਹਾਂਜੀ ਹਾਂਜੀ ਤੁਸੀਂ ਇਹ ਨਾ ਸੋਚੋ ਵੀ ਹਾਂਜੀ ਹਾਂਜੀ ਤੁਹਾਨੂੰ ਪਤਾ ਫਿਰ ਰੋਟੀ ਚਲੋ ਠੀਕ ਹੈ ਥੈਂਕ ਯੂ ਸੋ ਮਚ ਜੀ ਮੈਡਮ ਤੁਸੀਂ ਆਓ ਜੀ ਕੀ ਨਾਮ ਤੁਹਾਡਾ ਜੀ ਤਕਦੀਰ ਬਹੁਤ ਸੋਹਣਾ ਨਾਮ ਜੀ ਥੈਂਕ ਯੂ ਤਕਦੀਰ ਤੇ ਤੁਸੀਂ ਤੁਹਾਡਾ ਕਿਹੜਾ ਵਿਸ਼ਾ ਜੀ ਇੱਥੇ ਕੀ ਪੜ੍ਹ ਰਹੇ ਹੋ ਮੈਂ ਕੰਪਿਊਟਰ ਸਾਇੰਸ ਪੜ੍ਹ ਰਹੀ ਹਾਂ ਕੰਪਿਊਟਰ ਸਾਇੰਸ ਪ੍ਰੋਫੈਸਰ ਤੇ ਕਿੱਦਾਂ ਚੱਲ ਰਹੀ ਲਾਈਫ ਲਾਈਫ ਬਹੁਤ ਵਧੀਆ ਬਹੁਤ ਵਧੀਆ ਜੀ ਮੈਂ ਇੱਕ ਬਹੁਤ ਪੁਰਾਣਾ ਪੰਜਾਬੀ ਪਾਕਿਸਤਾਨੀ ਸੌਂਗ ਥੋੜੀਆਂ ਦੋ ਲਾਈਨਾਂ ਉਹਦੀਆਂ ਸੁਣਾਵਾਂਗੇ ਠੀਕ ਹੈ ਬਿਲਕੁਲ ਬਿਲਕੁਲ ਸਾਰੀ ਰਾਤ ਤੇਰਾ ਤੱਕ ਨਹੀਂ ਆ ਰਹਾ ਤਾਰਿਆਂ ਤੋਂ ਪੁੱਛ ਚੰਨ ਵੇ ਸਾਰੀ ਰਾਤ ਤੇਰਾ ਤੱਕ ਨਹੀਂ ਆ ਰਹਾ ਤਾਰਿਆਂ ਤੋਂ ਪੁੱਛ ਚੰਨ ਵੇ ਕਿਉਂ ਤੇਰੇ ਪਿੱਛੇ ਹੋਈਆਂ ਤਬਾਹ ਹਾਏ ਲਾਰਿਆਂ ਤੋਂ ਪੁੱਛ ਚੰਨ ਵੇ ਸਾਰੀ ਰਾਤ ਤੇਰਾ ਤੱਕ ਨਹੀਂ ਆ ਰਹਾ ਤਾਰਿਆਂ ਤੋਂ ਪੁੱਛ ਚੰਨ ਵੇ ਬਹੁਤ ਮਿੱਠੀ ਆਵਾਜ਼ ਜੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਜੀ ਅਮਨਦੀਪ ਤੁਸੀਂ ਕੀ ਪੜ੍ਹਾਉਂਦੇ ਹੋ ਜੀ ਲਾਅ 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 ਵਾਲੇ ਅੱਗੇ ਇਹ ਬੜੇ ਨਾ ਗੁਰਦਾਸਪੁਰ ਜਿਹੜੀ ਮਰਜ਼ੀ ਤੁਹਾਡੀ ਪਾਰਟੀ ਜਿਹੜੀ ਮਰਜ਼ੀ ਹੈ ਤੁਸੀਂ ਹੁਣ ਇੱਕ ਦੇਣਾ ਜੀ ਭਾਸ਼ਣ ਬਈ ਫਿਕਰ ਨਹੀਂ ਕਰਨੀ ਬਿਜਲੀ ਪਾਣੀ ਫੁੱਲ ਆਏਗਾ ਹਾਂਜੀ ਹਾਂਜੀ ਮਤਲਬ ਕਿ ਹੱਸ ਕਿਉਂ ਨਹੀਂ ਹੋ ਜੀ ਲਾਰੇ ਲਾ ਰਹੋਗੇ ਪੋਲੀਟੀਸ਼ੀਅਨ ਅੱਜ ਤੱਕ ਲਾਰਾ ਹੀ ਲਾਉਂਦੇ ਆ ਕਦੀ ਕਿਸੇ ਨੇ ਕੰਮ ਵੀ ਕੀਤਾ ਚਲੋ ਤੁਸੀਂ 2.5 ਮਿੰਟ ਦਾ ਭਾਸ਼ਣ ਦੇਣਾ ਜੀ ਠੀਕ ਹੈ ਜੀ ਮੈਂ ਤੁਹਾਡੇ ਨਾਲ ਹੀ ਜੇ ਪੀਏ ਨਹੀਂ ਹੁੰਦੇ ਜੀ ਹਾਂਜੀ ਪੀਏ ਗਨਮੈਨ ਕੰਮ ਸਭ ਜੀ ਫਿਰ ਤਾਂ ਜਿਹੜੀ ਸਪੀਚ ਆ ਉਹ ਪੀਏ ਤਿਆਰ ਕਰਦਾ ਤਿਆਰ ਕਰਕੇ ਦੇਤੀ ਹੋਈ ਰਾਜਨੇਤਾ ਨੇ ਤਾਂ ਬੋਲਣੀ ਹੁੰਦੀ ਆ ਗੁਣ ਬੁਰੇ ਹੈ ਸਾਹ ਲੈਂਦੇ ਆ ਨਹੀਂ ਤਿਆਰ ਕਰਦੀ ਜੀ ਹੁਣ ਮੈਂ ਤੁਹਾਨੂੰ ਦਊਂਗਾ ਨਾਲ ਨਾਲ ਮੋਟੀਵੇਸ਼ਨ ਪੂਰੀ ਦੇਣੀ ਹੈ ਜੀ ਕੋਈ ਚੱਕਰ ਨਹੀਂ ਨਾਮ ਤੁਹਾਡਾ ਜੀ ਅਮਨਦੀਪ ਹਾਂਜੀ ਹਾਂਜੀ ਦੇਖੋ ਜੀ ਮੈਂ ਜੀ ਇਸ ਇਲਾਕੇ ਤੋਂ ਉਮੀਦਵਾਰ ਅਮਨਦੀਪ ਕੌਰ ਮੈਂ ਅਪੀਲ ਕਰਦੀ ਹਾਂ ਸਾਰੇ ਨਗਰ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਕਿ ਮੈਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸ਼ਾਨਦਾਰ ਜੇਤੂ ਬਣਾਓ ਨੇਤਾ ਬਣਾਓ ਤੁਹਾਡੇ ਇਲਾਕੇ ਵਿੱਚ ਕਦੀ ਵੀ ਬਿਜਲੀ ਪਾਣੀ ਜਾਂ ਕੋਈ ਹੋਰ ਸਮੱਸਿਆ ਜਿਹੜੀ ਆਈ ਆ ਉਹ ਹਮੇਸ਼ਾ ਵਾਸਤੇ ਖਤਮ ਕਰ ਦੇਵਾਂਗੇ ਆਉਣ ਵਾਲੇ 5 ਸਾਲਾਂ ਵਿੱਚ ਤੁਹਾਨੂੰ ਕਦੀ ਕੋਈ ਦਿੱਕਤ ਜਮਾ ਹੀ ਖਤਮ ਜੀ ਜਮਾ ਹੀ ਖਤਮ ਬਿਲਕੁਲ ਜਮਾ ਖਤਮ ਸੜਕਾਂ ਹਾਂ ਤੁਹਾਨੂੰ ਪਤਾ ਹੀ ਹੈ ਕੈਂਪਸ ਦੇ ਬਾਹਰ ਜਿਹੜੀ ਸੜਕ ਖਰਾਬ ਹੋਈ ਸੀ ਉਹ ਆਪਾਂ ਹੀ ਬਣਾਈ ਆ ਉਹ ਤਿਆਰ ਹੋ ਗਈ ਆ ਜੀ ਪਹਿਲਾਂ ਦੀ ਹਫਤੇ 'ਚ 3 ਵਾਰੀ ਹੈੱਡ ਵਾਸ਼ ਲੈਣਾ ਪੈਂਦਾ ਸੀ ਹੁਣ ਹਫਤੇ ਬਾਅਦ ਹੀ ਸਾਨੂੰ ਹੈੱਡ ਵਾਸ਼ ਲੈਣਾ ਪਿਆ ਕਰੇਗਾ ਠੀਕ ਹੈ ਸ਼ੈਂਪੂ ਦਾ ਖਰਚਾ ਵੀ ਘੱਟ ਗਿਆ ਸ਼ੈਂਪੂ ਸਾਡੀ ਕੰਪਨੀ ਦੇਗੀ ਫ੍ਰੀ ਕੰਸਲੇਸ਼ਨ ਮੈਡਮ ਅਮਨਦੀਪ ਜੀ ਬਸ ਥੈਂਕ ਯੂ ਜੀ ਆਉਣ ਵਾਲੇ 5 ਸਾਲ ਵਾਸਤੇ ਮੈਨੂੰ ਸੇਵਾ ਦਾ ਮੌਕਾ ਦਿਓ ਥੈਂਕ ਯੂ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਬਹੁਤ ਵਧੀਆ ਲੱਗਿਆ ਗੱਲ ਕਰਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਛੋਟੇ ਵੀਰ ਆਹ ਮੈਨੂੰ ਦੇ ਦਿਓ ਮੈਂ ਆਪੇ ਗੱਲ ਕਹਿ ਦੇਣੀ ਆ ਤੁਹਾਡਾ ਕੰਮ ਵੀ ਮੈਂ ਆਪੇ ਕਰ ਦੇਣਾ ਬਈ ਕਿਤੇ ਇਹ ਨਾ ਪੁੱਛ ਲੈ ਪਹਿਲੀ ਤਾਂ ਗੱਲ ਛੋਟੇ ਵੀ ਤੁਹਾਡੇ ਸਾਰੇ ਚੈਨਲ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ ਵਿੱਚ ਆਉਂਦੀਆਂ ਬਹੁਤ ਬਹੁਤ ਵਧਾਈਆਂ ਥੈਂਕ ਯੂ ਸੋ ਮਚ ਬਹੁਤ ਬਹੁਤ ਜੀ ਆਇਆਂ ਨੂੰ ਥੈਂਕ ਯੂ ਜੀ ਗੁਰੂ ਨਾਨਕ ਦੇਵ ਜੀ ਬੜੇ ਵੱਡੇ ਦਾਰਸ਼ਨਿਕ ਹੋਏ ਨੇ ਕਹਿੰਦੇ ਨੇ ਕਿ ਗੁਰੂ ਦੇ ਘਰ ਵਿੱਚ ਗੁਰੂ ਨਾਨਕ ਦੇ ਘਰ ਵਿੱਚ ਝਾੜੂ ਮਾਰਨ ਦੀ ਸੇਵਾ ਮਿਲ ਜਾਵੇ ਤਾਂ ਬੜੀ ਗਨੀਮਤ ਆ ਪਰਮਾਤਮਾ ਨੂੰ ਸਾਨੂੰ ਬਹੁਤ ਵੱਡਾ ਅਹੁਦਾ ਦਿੱਤਾ ਕਿ ਅਸੀਂ ਇੱਥੇ ਪੜ੍ਹਾ ਰਹੇ ਹਾਂ ਅਤੇ ਪਰਮਾਤਮਾ ਸਾਨੂੰ ਜਿਹੜਾ ਨਾ ਇਹ ਬਲ ਬਖਸ਼ੇ ਪਰਮਾਤਮਾ ਇਹ ਬਲ ਬਖਸ਼ਿਆ ਕਿ ਅਸੀਂ ਬਹੁਤ ਮਿਹਨਤ ਦੇ ਨਾਲ ਉਸ ਦਾਰਸ਼ਨਿਕ ਸੋਚ ਨੂੰ ਜਿਹੜਾ ਉਹ ਅੱਗੇ ਲੈ ਕੇ ਜਾਈਏ ਇੱਕ ਛੋਟੀ ਜਿਹੀ ਜਿਹੜੀ ਆ ਮੈਂ ਉਸ ਗੁਰੂ ਨਾਨਕ ਦੇਵ ਜੀ ਦੀ ਫਿਲੋਸਫੀ ਨੂੰ ਇੱਕ ਛੋਟੀ ਜਿਹੀ ਗੱਲ ਜਿਹੜੀ ਆ ਨਾ ਮੈਂ ਮੈਸੇਜ ਜਿਹੜਾ ਉਹ ਕਹਿਣਾ ਚਾਹੂੰਗਾ ਸਾਰਿਆਂ ਨੂੰ ਇੱਕ ਵਾਰੀ ਇੱਕ ਗਲੀ ਦੇ ਵਿੱਚ 10 ਬੱਚੇ ਜਿਹੜੇ ਸੀਗੇ ਨਾ ਉਹ ਖੇਡ ਰਹੇ ਸੀਗੇ ਉਹ ਗਰੀਬ ਬੱਚੇ ਸੀਗੇ ਉੱਥੋਂ ਇੱਕ ਅਮੀਰ ਆਦਮੀ ਲੰਘਿਆ ਉਹਨੇ ਦੇਖਿਆ ਕਿ 10 ਗਰੀਬ ਬੱਚੇ ਖੇਡ ਰਹੇ ਆ ਮੈਂ ਇਹਨਾਂ ਨਾਲ ਖੇਡਣਾ ਉਹਨੇ ਆਪਣੀ ਅਮੀਰੀ ਦੀ ਖੇਡ ਖੇਡਣ ਦੀ ਕੋਸ਼ਿਸ਼ ਕੀਤੀ ਉਹ ਬਾਜ਼ਾਰ ਦੇ ਵਿੱਚੋਂ ਬਹੁਤ ਕੀਮਤੀ ਸਮਾਨ ਲੈ ਕੇ ਆਇਆ ਲਿਫਾਫੇ 'ਚ ਪਾ ਕੇ ਉਹਨੂੰ ਥੋੜ੍ਹੀ ਦੂਰ ਜਾ ਕੇ ਟੰਗਤਾ ਉਹ 10 ਗਰੀਬ ਬੱਚਿਆਂ ਨੂੰ ਕਿਹਾ ਕਿ ਭੱਜ ਕੇ ਜਿਹੜਾ ਸਭ ਤੋਂ ਪਹਿਲਾਂ ਉੱਥੇ ਪਹੁੰਚੇਗਾ ਉਹ ਸਮਾਨ ਉਹਦਾ ਹੋਏਗਾ ਬੱਚੇ ਗਰੀਬ ਨੇ ਸਮਾਨ ਬਹੁਤ ਕੀਮਤੀ ਆ ਲਲਚਾਈਆਂ ਅੱਖਾਂ ਦੇ ਨਾਲ ਦੇਖ ਰਹੇ ਨੇ ਬੱਚਿਆਂ ਨੇ ਕੀ ਕੀਤਾ 10 ਨੇ ਇੱਕ ਦੂਸਰੇ ਦਾ ਹੱਥ ਫੜਿਆ ਇਕੱਠੇ ਹੋ ਕੇ ਸਾਰੇ ਉੱਥੇ ਪਹੁੰਚੇ ਸਾਰਾ ਲਿਫਾਫਾ ਵੰਡ ਲਿਆ ਔਰ ਅਮੀਰ ਆਦਮੀ ਪਰੇਸ਼ਾਨ ਹੋ ਗਿਆ ਕਹਿੰਦਾ ਤੁਸੀਂ ਮੇਰੀ ਖੇਡ ਵਿਗਾੜਤੀ ਬੱਚਿਆਂ ਨੇ ਕਿਹਾ
ਅਗਰ ਅਸੀਂ ਉੱਥੇ ਪਹੁੰਚਦੇ ਤੁਹਾਡੀ ਖੇਡ ਦੇ ਮੁਤਾਬਕ ਤਾਂ ਇੱਕ ਬੱਚਾ ਪਹਿਲਾਂ ਪਹੁੰਚਦਾ, ਨੌ ਬਾਅਦ ਚੋਂ ਪਹੁੰਚਦੇ, ਇੱਕ ਬੱਚਾ ਖੁਸ਼ ਹੋ ਜਾਂਦਾ, 10 9 ਜਿਹੜੇ ਸੀਗੇ ਉਹ ਉਦਾਸ ਹੋ ਜਾਂਦੇ। ਖੁਸ਼ੀ ਜਿਹੜੀ ਆ ਉਹ ਸਾਰਿਆਂ ਦੀ ਹੁੰਦੀ ਆ, ਇੱਕ ਨੂੰ ਖੁਸ਼ ਕਰਕੇ ਨੌ ਨੂੰ ਉਦਾਸ ਕਰਨਾ ਜਿਹੜਾ ਉਹ ਗਲਤ ਹੁੰਦਾ। ਉਹ ਸਾਨੂੰ ਸਾਰਿਆਂ ਨੂੰ ਜਿਹੜਾ ਉਹ ਮਿਲ ਕੇ ਰਹਿਣਾ ਚਾਹੀਦਾ ਸਾਰਿਆਂ ਨੂੰ ਕਹਿਣਾ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਤੁਹਾਡਾ ਨਾਮ ਜੀ? ਡਾਕਟਰ ਪਵਨ ਕੁਮਾਰ। ਪਵਨ ਕੁਮਾਰ ਜੀ, ਤੁਹਾਡਾ ਕਿਹੜਾ ਸਬਜੈਕਟ ਹੈ ਜੀ? ਮੇਰਾ ਲਾਅ ਜੀ, ਲਾਅ 'ਚ ਐਜ਼ ਏ ਹੈਡ ਆਫ ਦੀ ਡਿਪਾਰਟਮੈਂਟ। ਓਕੇ, HOD ਹੋ ਜੀ ਤੁਸੀਂ। ਹਾਂਜੀ। ਅਤੇ ਸਰ ਤੁਹਾਡੇ ਜੀ ਨਾਲ ਸ਼ੌਂਕ? ਸ਼ੌਂਕ ਬਸ ਜੀ ਟੀਚਿੰਗ ਸੀਗਾ, ਪੜ੍ਹਾਈ ਸੀਗੀ, ਪੜ੍ਹਾਈ ਕੀਤੀ ਹੈ ਅਤੇ ਟੀਚਿੰਗ ਮੇਰਾ ਏਮ ਸੀਗਾ ਲਾਈਫ 'ਚ। ਓਕੇ ਜੀ। ਅਤੇ ਟੀਚਿੰਗ ਕਰਵਾਈ ਹੈ ਅਤੇ ਹੁਣ ਮੇਰਾ ਇਹੋ ਹੀ ਹੁੰਦਾ ਕਿ ਬੱਚਿਆਂ ਨੂੰ ਇੱਕ ਅੱਛਾ ਇਨਸਾਨ ਬਣਨ ਵਾਸਤੇ ਪੜ੍ਹਾਈ ਦੇ ਨਾਲ ਨਾਲ ਜੋ ਪਰਸਨੈਲਿਟੀ ਦੇ ਹੋਰ ਟਰੇਟਸ ਨੇ ਉਹ ਡਿਵੈਲਪ ਬੱਚੇ ਜ਼ਰੂਰ ਬੱਚਿਆਂ ਦੇ ਜ਼ਰੂਰ ਕੀਤੇ ਜਾਣ। ਜਦੋਂ ਤੁਸੀਂ ਪੜ੍ਹਦੇ ਸੀਗੇ ਜੀ, ਹਾਂਜੀ, ਉਦੋਂ ਟੀਚਰ ਅਤੇ ਸਟੂਡੈਂਟ ਦੇ ਵਿੱਚ ਇੱਕ ਬਹੁਤ ਵੱਡਾ ਗੈਪ ਸੀਗਾ ਜੀ, ਹੈ ਨਾ ਜੀ, ਬੱਚੇ ਡਰ ਜਾਂਦੇ ਸੀਗੇ, ਅੱਜ ਕੱਲ੍ਹ ਥੋੜ੍ਹਾ ਜਿਹਾ ਗੈਪ ਘੱਟਦਾ ਮੈਂ ਸੋਚਦਾ ਵਾਂ ਕਿ ਥੋੜ੍ਹਾ ਜਿਹਾ ਗੈਪ ਘੱਟ ਹੋਣਾ ਚਾਹੀਦਾ ਬੱਚਿਆਂ ਨੂੰ, ਥੋੜ੍ਹਾ ਜਿਹਾ ਫਰੈਂਡਲੀ ਕਿਸੇ ਐਕਸਟੈਂਟ ਤੱਕ ਅਸੀਂ ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਪ੍ਰੋਬਲਮ ਸਮਝ ਕੇ, ਹਾਂਜੀ, ਉਹਨਾਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਟ੍ਰੀਟ ਕਰਕੇ। ਓਕੇ ਓਕੇ, ਤੁਸੀਂ ਕਿੱਥੋਂ ਪੜ੍ਹੇ ਹੋ ਜੀ? ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ। ਤੁਹਾਡੇ ਨਾਲ ਲਿਖਣ ਦਾ ਸ਼ੌਂਕ ਜੀ, ਕੋਈ ਗਾਉਣ ਦਾ? ਨਹੀਂ ਜੀ, ਕੋਈ ਗਾਉਣ ਦਾ ਸ਼ੌਂਕ। ਪੱਕਾ ਜੀ? ਪੱਕਾ ਜੀ, ਬਸ ਮੈਂ ਇੱਕ ਜ਼ਰੂਰ ਇੱਥੇ ਥੋੜ੍ਹਾ ਜਿਹਾ ਕਹਾਂਗਾ ਵਰਡਸ ਜਿਵੇਂ, ਹਾਂਜੀ, ਕਿ ਮੈਂ ਬੱਚਿਆਂ ਨੂੰ ਹਮੇਸ਼ਾ ਕਹਿੰਦਾ ਹੁੰਦਾ ਕਿ ਅਸੀਂ ਮੋਰਲ ਵੈਲਿਊਜ਼ ਨੂੰ ਆਪਣੀ ਲਾਈਫ ਦੇ ਵਿੱਚ ਲਿਆਉਣਾ ਅਤੇ ਛੋਟਾ ਜਿਹਾ ਇੱਕ ਸ਼ੇਅਰ ਜਿਵੇਂ ਕਿ ਇਨਸਾਨ ਅਗਰ ਇਨਸਾਨੀਅਤ ਪਸੰਦ ਹੋ ਜਾਏ ਤਾਂ ਸਵਰਗ ਦਾ ਧਰਤੀ 'ਤੇ ਹੀ ਪ੍ਰਬੰਧ ਹੋ ਜਾਏ। ਬਸ ਇਹ ਸਵਰਗ ਧਰਤੀ 'ਤੇ ਹੀ ਹੈ ਜੇ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰੀਏ, ਆਪਣੀਆਂ ਡਿਊਟੀਆਂ ਪੂਰੀਆਂ ਕਰੀਏ। ਬਹੁਤ ਵਧੀਆ ਜੀ, ਚੰਗੇ ਚੰਗੇ ਮੈਸੇਜ ਵੀ ਮਿਲਦੇ ਨੇ ਜੀ। ਸਤਿ ਸ਼੍ਰੀ ਅਕਾਲ ਜੀ ਸਰ। ਸਤਿ ਸ਼੍ਰੀ ਅਕਾਲ। ਤੁਹਾਡਾ ਸ਼ੁਭ ਨਾਮ ਜੀ ਸਰ? ਮੇਰਾ ਨਾਮ ਸਤਵੀਰ ਸਿੰਘ ਹੈ। ਓਕੇ ਜੀ, ਓਕੇ ਸਰ, ਤੁਸੀਂ ਸਰ ਇੱਥੇ ਕੀ ਪੜ੍ਹਾਉਂਦੇ ਹੋ ਜੀ? ਮੇਰੇ ਕੋਲ ਇਲੈਕਟ੍ਰੋਨਿਕਸ ਦਾ ਡਿਪਾਰਟਮੈਂਟ ਹੈ ਇਹਦੇ ਵਿੱਚ ਅਤੇ ਇੱਥੇ ਮੈਂ ਪਿਛਲੇ 14 ਸਾਲ ਤੋਂ ਅਸਿਸਟੈਂਟ ਪ੍ਰੋਫੈਸਰ ਵਜੋਂ ਪੜ੍ਹਾ ਰਿਹਾ ਹਾਂ। ਓਕੇ ਜੀ, ਬਹੁਤ ਵਧੀਆ ਲੰਘਿਆ ਸਫ਼ਰ। ਹਾਂਜੀ, ਬਹੁਤ ਵਧੀਆ ਜੀ। ਸਰ ਨਾਲ ਸ਼ੌਂਕ ਜੀ ਤੁਹਾਡੇ? ਸ਼ੌਂਕ ਸਰ ਮੇਰਾ ਹੈਗਾ ਰਾਈਟਿੰਗ ਦਾ। ਓਕੇ ਜੀ, ਤੁਸੀਂ ਆਪਣੀ ਕਲਮ 'ਚੋਂ ਸੁਣਾਓ ਜੀ ਕੁਛ ਜੋ ਤੁਸੀਂ ਲਿਖਿਆ ਹੋਗਾ। ਮੈਂ ਤੁਹਾਨੂੰ ਸੁਣਾ ਸਕਦਾ ਮੋਬਾਈਲ? ਹਾਂਜੀ ਹਾਂਜੀ, ਬਿਲਕੁਲ 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 ਬਿਲਕੁਲ। ਮਿੱਟੀ ਬੰਜਰਾਂ ਦੇ ਸੀਨੇ ਠੰਡੇ ਹੋਣ ਨਾ ਮਹੀਨੇ, ਝੜੀ ਸੌਣ ਦੀ ਨੇ ਬੜਾ ਜ਼ੋਰ ਲਾ ਲਿਆ, ਰਾਵੀ ਦੇ ਕਿਨਾਰੇ ਖੜਾ ਉੱਚੀ ਵਾਜਾ ਮਾਰੇ, ਡੇਰਾ ਸੱਜਣਾ ਨੇ ਦੂਰ ਕਿਤੇ ਲਾ ਲਿਆ, ਜਿਹਨੂੰ ਦੂਰੋਂ ਵੇਖ ਜੀਨੇ ਕਦੀ ਯਾਰ ਸੀ ਨੰਗੀਨੇ, ਚਿੱਠੀ ਪਾਟੀ ਤੇ ਪੁਰਾਣੀ ਲਾਈਏ ਬਾਰ ਬਾਰ ਸੀਨੇ, ਜਿਹੜੇ ਛੱਡ ਗਏ ਨੇ ਜੂਹਾਂ ਪਿੱਛੋਂ ਤੜਫਣ ਰੂਹਾਂ, ਬਹਿ ਗਏ ਹਾਰ ਕੇ ਬਰੂ ਹੀ ਜਿੰਦਾ ਲਾ ਲਿਆ, ਮਿੱਟੀ ਬੰਜਰਾਂ ਨੇ ਸੀਨੇ ਠੰਡੇ ਹੋਣ ਦੇ ਮਹੀਨੇ, ਝੜੀ ਸੌਣ ਦੀ ਨੇ ਬੜਾ ਜ਼ੋਰ ਲਾ ਲਿਆ, ਚੱਲੇ ਸਫ਼ਰਾਂ 'ਚੋਂ ਨਾਲ ਸਾਡੇ ਬਣ ਹਮਸ ਆਏ, ਰਹੀ ਨੈਣਾਂ 'ਚੋਂ ਅੜੀਕ ਮੁੜ ਨਜ਼ਰੀ ਨਾ ਆਏ, ਉਹੀ ਪਿੰਡ ਉਹੀ ਰਾਵਾਂ ਸਭ ਸੁਨੀਆਂ ਨੇ ਥਾਵਾਂ, ਰੌਲਾ ਕਾਵਾਂ ਵੀ ਬਨੇਰਿਆਂ 'ਤੇ ਪਾ ਲਿਆ, ਮਿੱਟੀ ਬੰਜਰਾਂ ਦੇ ਸੀਨੇ ਚਲਾ ਲਿਆ। ਇੱਕ ਸਰ ਰਹਿ ਗਏ ਸੀਗੇ ਜੀ ਜਿਹਨਾਂ ਨੇ ਪਾਉਣਾ ਸੀਗਾ ਭੰਗੜਾ ਅਤੇ ਜਿਹਨਾਂ ਦੀ ਡਿਊਟੀ ਲਾਈ ਸੀ ਇਹਨਾਂ ਨੇ, ਇਹਨਾਂ ਦੀ ਸਰਦਾਰਨੀ ਜੀ ਨੇ, ਸੋ ਹੁਣ ਆਪਾਂ ਇਹਨਾਂ ਤੋਂ ਭੰਗੜਾ ਪਾਉਂਦੇ ਹਾਂ। ਸਰ ਆਓ ਜੀ, ਫਿਰ ਜਿਹੜਾ ਸਟੈਪ ਤੁਸੀਂ ਪਾਓਗੇ ਜੀ ਉਹੀ ਨਾਲ ਨਾਲ ਮੈਂ ਪਾ ਦੂੰਗਾ ਜੀ। ਠੀਕ ਹੈ, ਤੁਹਾਡਾ ਸੁਣਾਓ ਕੀ ਹਿਸਾਬ ਤੇ ਕੀ ਪਾਇਆ ਜੀ? ਹੈ ਜੀ, ਦਿਸ ਇਜ਼ ਵੈਸਟਰਨ ਡਰੈਸ। ਵੈਸਟਰਨ ਡਰੈਸ ਇਹਨੂੰ ਕਹਿੰਦੇ ਕੀ ਜੀ? ਦੁਕਾਨਦਾਰ ਨੂੰ ਕੀ ਕਹੀਏ ਜੀ ਇਹ ਲੈ ਕੇ ਆਉਣਾ ਹੋਵੇ? ਲੌਂਗ ਟੌਪ। ਲੌਂਗ ਟੌਪ ਨਹੀਂ ਲਿਆ ਇਹਨਾਂ ਨੇ, ਬੋਲੀ ਤੁਸੀਂ ਇਹਨੇ? ਅਸੀਂ ਇਕੱਠੇ ਲਿਆ। ਅੱਛਾ, ਇਕੱਠਿਆਂ ਨੇ, ਇਕੱਠਿਆਂ ਨੇ। ਹਾਂਜੀ। ਤੁਹਾਡਾ ਨਾਮ ਜੀ? ਮੇਘਾ। ਮੇਘਾ। ਤੁਹਾਡਾ? ਸ਼ਿਵਾਨੀ। ਸ਼ਿਵਾਨੀ, ਕੀ ਸੁਣਾਓਗੇ ਜੀ? ਗਾਣਾ ਸੁਣਾਓ ਜੀ, ਆ ਫੜੋ ਜੀ ਮਾਈਕ। ਮੈਂ ਪਿਆਰ ਤੋਂ ਵੱਧ ਤੈਨੂੰ ਪਿਆਰ ਕਰਾਂ, ਤੈਨੂੰ ਸਜਦਾ ਸੋਨੇ ਲੱਖ ਵਾਰ ਕਰਾਂ, ਜੇ ਦਿਨ ਨੂੰ ਕਹਿੰਦੇ ਤੂੰ ਰਾਤ ਮਾਹੀ, ਵੇ ਮੈਂ ਰਾਤ ਸਮਝ ਐਤਬਾਰ ਕਰਾਂ। ਜੇ ਮਾਹੀ ਦਿਨ ਨੂੰ ਰਾਤ ਕਵੇ ਫਿਰ ਮੈਂ ਰਾਤ ਮੰਨ ਲੈਂਦੀ ਹਾਂ, ਫਿਰ ਮਾਹੀ ਚੰਗਾ ਲੱਭਣਾ ਹੀ ਹੈ ਮੁੱਕ ਕੇ ਥੋੜ੍ਹੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਜੀ? ਆਯੁਸ਼ਮਾ। ਆਯੁਸ਼ਮਾ, ਇੱਕ ਨਹੀਂ ਰੱਖਿਆ ਜੀ ਨਾਂ? ਪਾਪਾ। ਪਾਪਾ, ਮਗਰ ਮਾਂ ਲਾਤਾ ਜੀ, ਪਾਪਾ ਨੂੰ ਆਯੁਸ਼ ਪਾਪਾ ਰੱਖਦੇ ਜੀ। ਆਯੁਸ਼ਮਾ, ਚਲੋ ਠੀਕ ਹੈ ਜੀ, ਬਹੁਤ ਵਧੀਆ। ਸ਼ੌਂਕ ਜੀ ਤੁਹਾਡੇ? ਨੱਚਣਾ। ਨੱਚਣਾ ਕਰੋਗੇ ਡਾਂਸ? ਹਾਂ। ਬੰਦਾ ਹੀ ਬੜੀ ਬਿੱਤ ਪੈਸਾ ਬਹੁਤ ਆਉਣਾ, ਕਰੋ ਜੀ ਡਾਂਸ ਕਰਕੇ ਦਿਖਾਓ ਫਿਰ। ਗਾਣਾ ਕਿੱਦਾਂ ਲਈਏ? ਹੈ ਜੀ, ਗਾਣਾ ਲਾਓ ਦਿੰਦੇ ਹਾਂ, ਦੱਸੋ ਕਿਹੜਾ ਲਾਈਏ, ਕਿਤੇ ਹੈ ਮੋਬਾਈਲ ਹੈਗਾ? ਭੂਆ ਕੀ ਕਿੰਨੀਆਂ ਤੁਹਾਡੀਆਂ? ਭੂਆ ਕੋਈ ਵੀ ਨਹੀਂ, ਮਾਸੀਆਂ। ਮਾਸੀਆਂ, ਮਾਸੀਆਂ ਕਿੰਨੀਆਂ? ਦੋ। ਦੋ, ਅਤੇ ਕਿੱਥੇ ਕਿੱਥੇ ਰਹਿੰਦੇ? ਇੱਕ ਪਠਾਨਕੋਟ ਅਤੇ ਹਿਮਾਚਲ। ਉਹ ਬੜੀ ਵਿਚਾਰੀ ਦੂਰ ਸੁੱਟੀ ਜਾ ਕੇ। ਹਿਮਾਚਲ ਕਿੱਥੇ? ਕਾਂਗੜਾ। ਕਾਂਗੜਾ ਜਾਂਦੇ ਹੁੰਦੇ ਉੱਥੇ? ਨਹੀਂ। ਕਿਉਂ? ਭੂਆ ਹੈ ਨਹੀਂ, ਮਾਸੀਆਂ ਕੋਲ ਜਾਣਾ ਨਹੀਂ।
ਦਿਲ ਨਹੀਂ ਲੱਗਦਾ ਦਿਲ ਨਹੀਂ ਲੱਗਦਾ ਨਾਲੇ ਖਰਚਾ ਬਹੁਤ ਹੋਣਾ ਕਿੱਧਰ ਨੂੰ ਤੇਲ ਫੂਕ ਕੇ ਜਾਵਾਂਗੇ ਪੈਸਾ ਸਾਂਭੀ ਚੱਲੋ ਜੋੜੀ ਚੱਲੋ ਬਸ ਕਿਤੇ ਨਹੀਂ ਜਾਣਾ ਦੂਜੀ ਜਿਹੜੀ ਪਠਾਨਕੋਟ ਹੈ ਉਹ ਤਾਂ ਨੇੜੇ ਹੈ ਹਾਂਜੀ ਉੱਥੇ ਜਾਇਆ ਕਰੋ ਪਰ ਉਹ ਤੁਹਾਨੂੰ 135 ਦਾ ਟੋਲ ਪੈ ਜਾਣਾ ਫਿਰ ਨਹੀਂ ਨਹੀਂ ਚੱਲ ਜਾਈਦਾ ਜਾਣਾ ਹੁੰਦਾ ਜਦੋਂ ਅੱਛਾ 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 ਗੱਡੀ ਇਸ ਬੰਦੇ ਖੜਾ ਕੇ ਪੈਦਲ ਤੁਰ ਕੇ ਨਹੀਂ ਨਹੀਂ ਗੱਡੀ 'ਤੇ ਹੀ ਜਾਈਦਾ ਗੱਡੀ ਇੱਥੇ ਖੜਾ ਲਈ ਉੱਧਰੋਂ ਆਪਣਾ ਉਹਨਾਂ ਦੀ ਗੱਡੀ 'ਚ ਆ ਗਏ ਉਹਨਾਂ ਨੂੰ ਉੱਧਰੋਂ ਤੋੜ ਕੇ ਗੱਡੀ ਇੱਧਰੋਂ ਭਜਾ ਕੇ ਆ ਗਏ ਹੈਗੇ ਨਹੀਂ 135 'ਤੇ ਬਚਾਇਆ ਚਲੋ ਬਚਾ ਲਿਆ ਚਾਹੀਦਾ ਅੱਗੇ ਨੂੰ ਬਹੁਤ ਵਧੀਆ ਮੈਂ ਸਾਂਭੋ ਮੈਂ ਤਾਂ ਕਹਿਣ ਡਿਆ ਦੰਦਾਂ 'ਚ ਮੇਰੇ ਤਾਂ ਸਾਂਭੋ ਹਾਂ ਸਾਡੇ ਡਾਂਸ ਕਰੋ ਹਾਂਜੀ ਕਰੋ ਜੀ ਪਲੇ ਹੈਂ ਪੈਸਾ ਵੀ ਫੈਰ ਵੀ ਮਾਰ ਦੂ ਹੋਰ ਕਿਤੇ ਗੋਲੀ ਚਲੋ ਲੱਗਦਾ ਮਾਸੀਆਂ ਕੋਈ ਮਾਸੀਆਂ ਤੈਨੂੰ ਬੁਲਾਉਂਦੀਆਂ ਨਹੀਂ ਹੋਣੀਆਂ ਵੀ ਇਹ ਫੈਰ ਮਾਰਦੇ ਆ ਕੇ ਚਲੋ 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 ਜਾਵਾ ਅਗਲਾ ਸਿਰ ਆਪਣੀ ਸਲਾਮਤੀ ਹੈ ਮੰਗਦੀ ਤੁਝ ਸੇ ਨਜ਼ਰ ਹੈਲੋ ਐਵਰੀਵਨ ਆਈ ਐਮ ਚੰਪ੍ਰੀਤ ਕੌਰ ਐਂਡ ਯੂ ਆਰ ਆਲ ਵੈਲਕਮ ਟੂ ਮਾਈ ਸ਼ੋਅ ਫੀਚਰਿੰਗ ਹੀਰੋਜ਼ Hashtag goodness valued is goodness retrieved. Today with us is a superstar. Oh! I pehla show samajh aaya. Pehla ki kya ke vi kal raat kadi khadi. Pehle humne apne show da introduce kiya. Acha mainu pata lagya vi raat nu mainu vi kadi chod khadde vi aaj superstar aaya. Haan acha vi enu vi khwoni aaj. Haan ji agge. Haan ji. Today apne apne bare panch lainaan bolni hai. Hello everyone, I'm Chanpreet Kaur and I'm doing BTech in computer science and I'm a writer in by night and a engineer by day. I'm a writer in? By night. ਰਾਤ ਨੂੰ ਹੀ ਲਿਖਦੀ ਹਾਂ ਰਾਤ ਨੂੰ ਲਿਖਦੇ ਹੋ ਹਾਂਜੀ ਸਵੇਰੇ ਇੰਨੇ ਸਾਰੇ ਕੰਮ ਹੁੰਦੇ ਨਹੀਂ ਹੁੰਦੇ ਦਿਨੇ ਲੱਭਦਾ ਹੀ ਕੁੱਖ ਨਹੀਂ ਦਿਨੇ ਟਾਈਮ ਹੀ ਨਹੀਂ ਹੁੰਦਾ ਤੁਹਾਡਾ ਸੂਰਜ ਕਿਤੇ ਰਾਤ ਨੂੰ ਤੇ ਨਹੀਂ ਚੜਦਾ ਸਪੈਸ਼ਲ ਅੱਛਾ ਰਾਤ ਨੂੰ ਲਿਖਦੇ ਹੋ ਜੀ ਕਿੰਨੇ ਵਜੇ ਕਿੰਨੇ ਵਜੇ ਲਿਖਦੇ ਹੋ ਜੀ ਸਾਰੀ ਰਾਤ ਲਿਖਦੀ ਹਾਂ ਸਾਰੀ ਰਾਤ ਲਿਖੀ ਹੋ ਜਾਂਦੇ ਹੋ ਹਾਂ ਜਿੱਦਾਂ ਜੋ ਲਿਖਣਾ ਹੋਏ ਜਿੱਦਾਂ ਲਿਖਣਾ ਹੋਏ ਉਹਦੇ ਹਿਸਾਬ ਨਾਲ ਸਾਰੀ ਰਾਤ ਲਿਖੀ ਜਾਣਾ ਜੀ ਦਿਨੇ ਸੁੱਤੇ ਰਹੋ ਨਹੀਂ ਦਿਨੇ ਕਾਲਜ ਆਓ ਜੇ ਦਿਨੇ ਜਿਹੜਾ ਲਿਖਿਆ ਉਹਨੂੰ ਪੜੋ ਨਹੀਂ ਉਹਨੂੰ ਦੂਸਰਿਆਂ ਨੂੰ ਪੜਾਓ ਉਹ ਦੂਸਰੇ ਨੂੰ ਪੜਾਓ ਤੇ ਨੀਂਦਰਾ ਨੀਂਦਰਾ ਕਦੇ ਕਦੇ ਉਬਰ ਬੱਬੂਆਂ ਦਾ ਗਾਣਾ ਲਾ ਲਓ ਨੀਂਦਰਾ ਨਹੀਂ ਆਉਂਦੀਆਂ ਗੀਤ ਵੀ ਗਾਉਂਦੇ ਹੋ ਜੀ ਥੋੜਾ ਜਿਹਾ ਬੋਲੀ ਪਾ ਸਕਦੇ ਹਾਂ ਬੋਲੀ ਬੋਲੀ ਪਾਓ ਜੀ ਇਹ ਹੁਣ ਪੰਜਾਬੀ ਜਾਊਗੀ ਕਿ ਅੰਗਰੇਜ਼ੀ ਜੀ ਨਹੀਂ ਨਹੀਂ ਬੋਲੀ ਤੇ ਅੰਗਰੇਜ਼ੀ ਸੀ ਅੰਗਰੇਜ਼ੀ ਜੀ ਚਲੋ ਪੰਜਾਬੀ ਜੀ ਪੰਜਾਬੀ ਹਾਂ ਜੀ ਗੁਰਦਾਸਪੁਰ ਦੀ ਜੱਟੀ ਵੇ ਮੈਂ ਟੋਤਰੇ ਤੇ ਪੱਟੀ ਗੁਰਦਾਸਪੁਰ ਦੀ ਜੱਟੀ ਵੇ ਮੈਂ ਟੋਤਰੇ ਤੇ ਪੱਟੀ ਟੋਤਰੇ ਤੇ ਮਰ ਗਈ ਓਏ ਹੋਏ ਮਰ ਗਈ ਮੈਨੂੰ ਇਸ਼ਕ ਬਰਾਂਡੀ ਚੜ ਗਈ ਓਏ ਹੋਏ ਚੜ ਗਈ ਮੈਨੂੰ ਇਸ਼ਕ ਬਰਾਂਡੀ ਚੜਦੀ ਗਈ ਚੜੀ ਜਾਂਦੀ ਚੜ ਗਈ ਓਏ ਹੋਏ ਚੜ ਗਈ ਬਹੁਤ ਵਧੀਆ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਜੀ ਬਾ ਵਧੀਆ ਤੁਸੀਂ ਸੁਣਾਓ ਜੀ ਜੀ ਸ਼ੌਂਕ ਜੀ ਤੁਹਾਡੇ ਸਿੰਗਿੰਗ 뮤직 ਪੜਨਾ ਸਟੱਡਿੰਗ ਸਭ ਜੀ ਪੜਨਾ ਸਟੱਡਿੰਗ ਸਿੰਗਿੰਗ 뮤직 ਹਾਂਜੀ ਸੁਣਾਓ ਫਿਰ ਕੀ ਸੁਣਾਓਗੇ ਗਾਣਾ ਸੁਣਾਓ 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 ਹਰ ਪਲ ਮੇਰੀਆਂ ਯਾਦਾਂ ਇਹ ਯਾਦਾਂ ਵਿੱਚ ਹੈ ਤੂੰ ਆ ਕਿਹੜਾ ਸਟਾਈਲ ਓਏ ਬੇਟੇ ਦਾਤਣ ਨਹੀਂ ਹੈਗਾ ਇਹ ਇਹਨੂੰ ਸਿੱਧਾ ਰੱਖੋ ਐ ਮਾਂ ਹਰ ਪਲ ਮੇਰੀਆਂ ਯਾਦਾਂ ਇਹ ਯਾਦਾਂ ਵਿੱਚ ਹੈ ਤੂੰ ਦਿਲ ਦੀ ਗੱਲ ਮੈਂ ਦੱਸਾਂ ਤੇ ਦੱਸਾਂ ਕੀ ਕਸੂਰ ਧੀਰੇ ਧੀਰੇ ਸੇ ਮੇਰੀ ਜ਼ਿੰਦਗੀ ਮੈਂ ਆਨਾ ਤੇਰੀ ਜ਼ਿੰਦਗੀ 'ਚ ਧੀਰੇ ਧੀਰੇ ਸੇ ਹੈ ਦਿਲ ਕੋ ਚੁਰਾਨਾ ਤੁਮਸੇ ਪਿਆਰ ਮੇਰਾ ਕਿਤਨਾ ਜ਼ਿਆਦਾ ਤੁਮਸੇ ਮਿਲ ਕੇ ਚਾਬੀ ਕਿਨੇ ਭਰੀ ਗਈ ਆਪੇ ਹੀ ਭਰੀ ਜੀ ਆਪੇ ਭਰੀ ਇਹ ਚੱਲੀ ਹੋਣਾ ਚੱਲ 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 ਮੁੱਕ ਜਾਣਾ ਬੈਟਰੀ ਸ਼ਿਕਵਾ ਕਰੂੰ ਮੈਂ ਯੇ ਰੱਬ ਕੋ ਇੱਕ ਦਿਨ ਤੁਮ ਬਿਨ ਲੱਗੇ ਪੂਰਾ ਸਾਰ ਮੇਰਾ ਹੁਆ ਬੁਰਾ ਹਾਲ ਮੇਰਾ ਹੁਆ ਬੁਰਾ ਹਾਲ ਹਾਲ ਤੁਮ ਆਪਣਾ ਕਭੀ ਤੋ ਬਤਾਓ ਨਾ ਲੌਟ ਕੇ ਵਾਪਿਸ ਕਭੀ ਮੇਰੇ ਪਾਸ ਬਹੁਤ ਵਧੀਆ ਜੀ ਮੈਂ ਆਪਣੀ ਫੈਮਿਲੀ ਬਾਰੇ ਕੁਝ ਕਹਿਣਾ ਚਾਹੁੰਦਾ ਕਹੋ ਜੀ ਕਹੋ ਕਹੋ ਆਪਣੀ ਬਾਰੇ ਕਹੋ ਦੂਜੀ ਚਲੋ ਕਹੋ ਜੀ ਮੇਰੀ ਫੈਮਿਲੀ ਨੇ ਮੈਨੂੰ ਮੋਟੀਵੇਟ ਕੀਤਾ ਇੱਥੇ ਆਉਣ ਵਾਸਤੇ ਤੇ ਦੁਨੀਆ 'ਚ ਮੈਨੂੰ ਕੋਈ ਸਭ ਤੋਂ ਵਧੀਆ ਚੀਜ਼ ਲੱਗਦੀ ਉਹ ਮੇਰੀ ਫੈਮਿਲੀ ਆਈ ਲਵ ਯੂ ਆਲ ਬਹੁਤ ਵਧੀਆ ਬਹੁਤ ਵਧੀਆ ਆ ਜਾਓ ਆ ਜਾਓ ਆ ਜਾਓ ਆ ਜਾਓ
ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਜੀ? ਗੁਰਬੀਰ ਸਿੰਘ। ਪੱਗ ਬਹੁਤ ਸੋਹਣੀ। ਥੈਂਕ ਯੂ ਜੀ। ਓਏ ਹੋਏ ਹੱਸਿਆ ਦੇਖ, ਬਹੁਤ ਵਧੀਆ। ਨਵੀਤਾ ਜੀ? ਨਵੀਤਾ ਜੀ ਠੀਕ ਠਾਕ ਜੀ। ਵਿਆਹ ਕਦੋਂ ਕਰਾਉਣਾ? ਵਿਆਹ ਜਦੋਂ ਘਰ ਦੇ ਚਾਹੁਣ। ਜਦੋਂ ਘਰ ਦੇ ਚਾਹੁਣ? ਮੁੰਡਾ ਤਿਆਰ ਹੈ? ਮੁੰਡਾ ਤਿਆਰ ਹੈ। ਕੱਲ ਬਿਠਾ ਦੇਣ ਘੋੜੀ? ਕੱਲ ਬਿਠਾ ਦੇਣ ਜੀ, ਮੁੰਡਾ ਤਿਆਰ ਹੈ। ਚਲੋ ਠੀਕ ਹੈ ਠੀਕ ਹੈ ਸਰ। ਕੀ ਸੁਣਾਓਗੇ? ਸਰ ਗਾਣਾ ਸੁਣਾਵਾਂਗੇ ਕੁਲਵਿੰਦਰ ਢਿੱਲੋਂ ਦਾ। ਸੁਣਾਓ ਜੀ। ਆਏ ਹਾਏ ਸੁਣਾਓ ਜੀ, ਲੈਜੈਂਡ। ਇੱਕ ਗੱਲ ਆਖਾਂ ਉਹ ਵੀ ਡਰ ਡਰ ਕੇ, ਦਿਨ ਕੱਟਾਂ ਤੇਰੇ ਬਾਜੋਂ ਮਰ ਮਰ ਕੇ, ਸੋਹਣੀਏ ਜੇ ਦਿਲ ਵੱਟੇ ਲੈਣਾ ਤੇਰਾ ਦਿਲ ਦੱਸ ਦਏਗੀ ਕਿ ਨਹੀਂ, ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ ਕੁਝ ਕਹੇਗੀ ਤਾਂ ਨਹੀਂ, ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ ਕੁਝ ਕਹੇਗੀ ਤਾਂ ਨਹੀਂ, ਲੋੜ ਦੀ ਜਵਾਨੀ ਚੜੀ ਅੰਗ ਅੰਗ ਤੇ, ਆ ਚੱਲੀ ਜਾਲੀ ਤੇ ਗੋਰੇ ਰੰਗ ਤੇ, ਕਰ ਮਿਹਰਬਾਨੀ ਮਸਤ ਮਲੰਗ ਤੇ, ਕਰ ਮਿਹਰਬਾਨੀ ਮਸਤ ਮਲੰਗ ਤੇ, ਲਾਈਏ ਤੇਰੀ ਚੁੰਨੀ ਨੂੰ, ਉਹ ਲਾਈਏ ਤੇਰੀ ਚੁੰਨੀ ਨੂੰ, ਲਾਈਏ ਤੇਰੀ ਚੁੰਨੀ ਨੂੰ, ਸਿਤਾਰੇ ਝਿੱਲ ਮਿਲ ਉੱਤੇ ਲਏਗੀ ਕਿ ਨਹੀਂ, ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ ਕੁਝ ਕਹੇਗੀ ਤਾਂ ਨਹੀਂ, ਅਸੀਂ ਕਦੇ ਆਖੀਏ ਜੇ ਕੱਲੀ ਕਿਤੇ ਮਿਲ ਕੁਝ ਕਹੇਗੀ ਤਾਂ ਨਹੀਂ। ਬਹੁਤ ਸੋਹਣੀ ਆਵਾਜ਼। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਰ। ਕੀ ਨਾਮ ਜੀ ਤੁਹਾਡਾ? ਦਵਿੰਦਰ। ਦਵਿੰਦਰ ਤੁਹਾਡੇ ਸ਼ੌਂਕ ਜੀ? ਗਾਣਾ। ਗਾਉਣਾ, ਸੁਣਾਓ ਫਿਰ। ਮੈਂ ਕੱਲਾ ਨੀ ਕਹਿੰਦਾ ਏ ਗੱਲ ਸਭ ਦੇ ਦਿਲ ਦੀ ਆ, ਰੋਂਗ ਨੰਬਰ ਦੇ ਵਾਂਗੂ ਨੀ ਅੱਖ ਤੇਰੀ ਥਾਂ ਥਾਂ ਮਿਲਦੀ ਆ, ਰੋਂਗ ਨੰਬਰ ਦੇ ਵਾਂਗੂ ਨੀ ਅੱਖ ਤੇਰੀ ਥਾਂ ਥਾਂ ਮਿਲਦੀ ਆ, ਕਿਸ ਕਿਸ ਨਾਲ ਲਾਇਆ ਦਿਲ, ਕਿਸ ਦਾ ਦਿਲ ਤੋੜਿਆ ਤੂੰ, ਕਿਸ ਕਿਸ ਨੂੰ ਪਾਈ ਖੈਰ ਤੇ ਕਿਸ ਨੂੰ ਖਾਲੀ ਮੋੜਿਆ ਤੂੰ, ਦੋ ਲੈਣੇ ਤੇ ਕਿਸ ਹੀ ਅੱਠ ਵਾਰ ਹੋ ਗਈ ਆ, ਕਿਸ ਹੀ ਚੱਲਦੀ ਆ ਸਰ ਅੱਜ ਕੱਲ੍ਹ। ਚਲਾਓ ਚਲਾਓ। ਮੈਂ ਕੱਲਾ ਨੀ ਕਹਿੰਦਾ ਏ ਗੱਲ ਸਭ ਦੇ ਦਿਲ ਦੀ ਆ, ਰੋਂਗ ਨੰਬਰ ਦੇ ਵਾਂਗੂ ਨੀ ਅੱਖ ਤੇਰੀ ਥਾਂ ਥਾਂ ਮਿਲਦੀ ਆ। ਚੰਗਾ ਜੀ ਚੰਗਾ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਤੁਹਾਡਾ? ਕਿਰਨਜੀਤ ਕੌਰ। ਕਿਰਨਜੀਤ ਕੌਰ ਕਿੱਥੋਂ ਬਿਲੋਂਗ ਕਰਦੇ ਹੋ ਜੀ? ਮੈਂ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਤੋਂ। ਤੁਹਾਡਾ ਸ਼ੌਂਕ ਜੀ? ਮੇਰਾ ਸ਼ੌਂਕ ਆ, ਮੈਂ ਗਿੱਧਾ ਕਰਦੀ ਹਾਂ, ਯੂਥ ਫੈਸਟੀਵਲ 'ਚ ਵੀ ਗਿੱਧਾ, ਐਂਡ ਮੈਨੂੰ ਮੇਰੇ ਪੰਜਾਬੀ ਕਲਚਰ ਨਾਲ ਬੜਾ ਲਗਾਵ ਆ। ਬਹੁਤ ਵਧੀਆ ਜੀ, ਵੀ ਸੁਣਾਓਗੇ ਸਾਨੂੰ? ਮੈਂ ਤੁਹਾਨੂੰ ਇੱਕ ਬੋਲੀ ਸੁਣਾਉਂਦੀ ਹਾਂ। ਸੁਣਾਓ ਜੀ ਸੁਣਾਓ। ਜਦੋਂ ਗਿੱਧੇ ਵਿੱਚ ਆਵਾਂ ਨੀ ਮੈਂ ਝਾਂਜਰ ਨੂੰ ਛਣਕਾਵਾਂ, ਮੇਰਾ ਉੱਤੇ ਦਾ ਦੁਪੱਟਾ ਪੂਰੇ ਸੱਤ ਰੰਗ ਦਾ ਖੜਾ ਹਾਣ ਦਾ, ਹੋਏ ਹਾਣ ਦਾ ਮੁੰਡਾ ਨੀ ਮੈਥੋਂ ਦਿਲ ਮੰਗਦਾ ਖੜਾ ਹਾਣ ਦਾ, ਤੈਨੂੰ ਹਾਂ ਵੀ ਨੀ ਕਹਿਣੀ, ਤੈਨੂੰ ਨਾ ਵੀ ਨੀ ਕਹਿਣੀ, ਤੈਨੂੰ ਇਹੋ ਜਿਹੇ ਚੱਕਰਾਂ 'ਚ ਪਾਈ ਰੱਖਣਾ, ਤੈਨੂੰ ਉਂਗਲਾਂ ਤੇ ਉਂਗਲਾਂ ਤੇ ਉਂਗਲ, ਹੋਏ ਤੈਨੂੰ ਉਂਗਲਾਂ ਤੇ ਬਹੁਤ ਸੋਹਣੀ ਬੋਲੀ, ਬਹੁਤ ਸੋਹਣੀ ਬੋਲੀ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਜੀ। ਕੀ ਨਾਮ ਜੀ ਵੀਰੇ? ਗੁਰਸ਼ਰਨ। ਮੇਰੇ ਗੁਰਸ਼ਰਨ ਕਿੱਥੋਂ ਬਿਲੋਂਗ ਕਰਦੇ ਜੀ? ਵਿਜੇ ਗੁਰਦਾਸਪੁਰ ਤੋਂ। ਗੁਰਦਾਸਪੁਰ ਤੋਂ ਕੀ ਸ਼ੌਂਕ ਹੈ ਜੀ ਆਪਣੇ? ਸੁਪਨਾ ਕੀ ਹੈ ਵੈਸੇ? ਸੁਪਨਾ ਵੀਰ ਜੀ ਇਹ ਆ ਵੀ ਕਦੇ ਕਿਸੇ ਦਾ ਬੁਰਾ ਨਹੀਂ ਕਰਨ। ਬਹੁਤ ਵਧੀਆ ਸੁਪਨਾ। ਹਾਂਜੀ। ਹੁਣ ਰਾਤ ਨੂੰ ਕਿਹੋ ਜਿਹੇ ਸੁਪਨੇ ਆਉਂਦੇ ਹੁੰਦੇ ਫਿਰ? ਰਾਤ ਨੂੰ ਚੜੇਲਾਂ ਦੇ ਆਉਂਦੇ ਆ। ਰਾਤ ਨੂੰ ਚੜੇਲਾਂ ਦੇ ਆਉਂਦੇ? ਸਵੇਰੇ ਦਿਨ ਦੇਖ ਕੇ ਜੇ ਫਿਰ ਰਾਤ ਨੂੰ ਦਿਨ ਦੇ ਆਉਂਦੇ। ਕਿਹੜੀ ਆਉਂਦੀ ਹੈ ਸਭ ਤੋਂ ਵੱਧ? ਸਾਰੀਆਂ ਇਕੱਠੀਆਂ ਆਉਂਦੀਆਂ। ਇਕੱਠੀਆਂ 'ਚ ਦਰਾਜ ਉਹ ਤਾਂ ਫਿਰ ਨੀਂਦ ਨਹੀਂ ਆਉਂਦੀ। ਅੱਛਾ ਜਿੱਦਣ ਇਕੱਠੀਆਂ ਆ ਜਾਣ ਉਦਣ ਨੀਂਦ ਨਹੀਂ। ਸੁਪਨੇ 'ਚ ਵੀ ਗੀਤ ਗੋ ਸੁਣਾਉਂਦੀਆਂ ਰਹਿੰਦੀਆਂ? ਨਹੀਂ, ਕਿ ਇੱਕੋ ਗੱਲ ਕਹਿੰਦੀਆਂ ਨੇ, ਆ ਜਾ ਚਿੰਬੜ ਜਾ। ਹੋਰ ਗੀਤ ਸੁਣਾਓਗੇ? ਸੁਣਾਵਾਂਗੇ ਬਾਈ ਜੀ। ਕੀ ਹੁੰਦਾ ਜੀ, ਕੁੜੀਆਂ ਫਰੈਂਡ ਸਰਕਲ 'ਚ ਬੈਠੀਆਂ ਨੇ, ਅੱਗੇ ਕਿਤਾਬਾਂ ਖੁੱਲ੍ਹੀਆਂ ਤੇਰੇ ਗੱਲਾਂ ਬੜੀਆਂ ਖੁੱਲ੍ਹੀਆਂ ਹੁੰਦੀਆਂ ਨੇ, ਫਿਰ ਕੀ ਕਹਿੰਦੀਆਂ ਨੇ? ਸਾਡੇ ਸੁਪਨੇ 'ਚ ਆਉਂਦੀਆਂ ਨੇ। ਸੋਹਣਾ ਮੁੰਡਾ ਦੇਖ ਕੇ ਇੱਕ ਦੂਜੀ ਨੂੰ ਕਹਿੰਦੀ ਏ, ਨੀ ਉਹ ਮੁੰਡੇ ਦਾ ਪਿਆਰ ਪਤਾ ਨੀ ਕੀ ਦੇ ਹਿੱਸੇ ਆ, ਨੀ ਲੈ ਤੇਰੇ ਵਾਲਾ ਆ ਗਿਆ ਮੇਰਾ ਪਤਾ ਨੀ ਕਿੱਥੇ ਆ, ਤੇਰੇ ਵਾਲਾ ਆ ਗਿਆ ਮੇਰਾ ਪਤਾ ਨੀ ਕਿੱਥੇ ਆ, ਪਤਾ ਨੀ ਕਿੱਥੇ ਆ, ਕਹਿੰਦੀ ਛੱਡ ਕੁੜੇ ਤੂੰ ਉਹਨੂੰ, ਛੱਡ ਕੁੜੇ ਤੂੰ ਉਹਨੂੰ, ਦੇਖਿਓ ਕਿੰਨਾ ਫੱਬਦਾ ਨੀ, ਜਦ ਮਰ ਜਾਣਾ ਪੱਗ ਪੋਚਵੀਂ ਬੰਨ ਕੇ ਆ ਜਾਂਦਾ, ਪਹਿਲੀ ਤੱਕਣੀ ਦੇ ਨਾਲ ਗੁਰੀ ਦਿਲ ਵਿੱਚ ਲੈ ਜਾਂਦਾ। ਥੈਂਕ ਯੂ ਬਾਈ ਜੀ। ਥੈਂਕ ਯੂ ਸੋ ਮਚ ਜੀ। ਥੈਂਕ ਯੂ ਸੋ ਮਚ। ਉਧਰ ਤੇ ਖੜ ਜਾਓ। ਸਤਿ ਸ੍ਰੀ ਅਕਾਲ ਜੀ। ਮੈਂ ਸਤਿ ਸ੍ਰੀ ਅਕਾਲ ਬੁਲਾਈ ਜਾਂਦਾ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਕਿੱਥੇ ਰਹਿੰਦੇ ਜੀ? ਗੁਰਦਾਸਪੁਰ। ਗੁਰਦਾਸਪੁਰ ਪਿੰਡ ਕੇ ਸ਼ਹਿਰ? ਪਿੰਡ। ਪਿੰਡ ਕਿਹੜਾ ਤੁਹਾਡਾ? ਬਾਬੋਵਾਲ। ਬਾਬੋਵਾਲ। ਪਿੰਡ ਦੀ ਖਾਸ ਗੱਲ ਕੋਈ? ਕੋਈ ਵੀ ਨਹੀਂ।
ਕਿੰਨੇ ਚਾਚੇ ਤੁਹਾਡੇ? ਇੱਕ ਪਿਤਾਏ ਇੱਕ ਇੱਕ ਚਾਚਾ ਜੀ ਇੱਕ ਤਾਇਆ ਜੀ ਉਹਨਾਂ ਦੇ ਬੇਟੇ ਉਹਨਾਂ ਦੇ ਬੱਚੇ ਇੱਕ 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 ਮੁੰਡਾ ਹੀ ਕੁੜੀ ਇੱਕ ਇੱਕ ਮੁੰਡਾ ਇੱਕ ਇੱਕ ਮੁੰਡਾ ਤੇ ਸ਼ੌਂਕ ਤੁਹਾਡੇ ਸਿੰਗਿੰਗ ਸੁਣਾਓ ਫਿਰ ਕੁਛ ਤੁਸੀਂ ਭੰਗੜਾ ਪਾਓ ਕਿਉਂ ਮੈਂ ਬੋਲੀ ਪਾਉਂਗੀ ਅੱਛਾ ਭੂਆ ਜੀ ਦਾ ਵਿਆਹ ਰੱਖਿਆ ਇੱਥੇ ਚਲੋ ਸੁਣਾਓ ਪਾਓ ਬੋਲੀ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੈਂਦਾ ਈ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੈਂਦਾ ਈ ਸ਼ੀਰੇ ਵਾਲਿਆ ਵੇਖਦਾ ਈ ਵੇ ਮੇਰਾ ਲੌਂਗ ਬੱਚਾ ਨਿਗਾਹ ਤੇਰਾ ਗਵਾਚਿਆ ਚਲੋ ਠੀਕ ਹੈ ਬਾਈ ਇੱਥੇ ਕਿਹੜਾ ਈਅਰ ਹੈ ਜੀ ਮੇਰਾ ਲਾਸਟ ਈਅਰ ਜੀ ਫੋਰਥ ਈਅਰ ਲਾਸਟ ਈਅਰ ਹਾਂਜੀ ਪਰਿਵਾਰ 'ਚ ਕੌਣ ਕੌਣ ਹੈ ਜੀ ਪਰਿਵਾਰ 'ਚ ਮੰਮਾ ਜੀ ਭਰਾ ਵੱਡਾ ਭੈਣ ਵੱਡੀ ਅਤੇ ਦਾਦੀ ਜੀ ਆ ਓਕੇ ਓਕੇ ਵੀਰਾ ਕੀ ਕਰਦਾ ਜੀ ਵੱਡਾ ਵੀਰਾ ਐਚ ਓ ਡੀ ਆ ਜੀ ਬਹੁਤ ਵਧੀਆ ਫਿਰ ਤੁਸੀਂ ਵੀ ਇਹੀ ਏਮ ਰੱਖਿਆ ਵੀ ਪ੍ਰੋਫੈਸਰੀ ਵਾਲੇ ਪਾਸੇ ਨਹੀਂ ਮੇਰਾ ਘੱਟ ਹੀ ਇੱਧਰ ਮਹਾਂਪਾਸ ਆਓ ਇੱਕ ਬੱਚਾ ਉੱਧਰ ਚਲ ਗਿਆ ਹੁਣ ਇੱਕ ਰੋਲਾ ਰੱਪਾ ਪਾਉਣ ਵਾਲਾ ਵੀ ਹੋਵੇ ਖਰਚਣ ਵਾਲਾ ਵੀ ਚਾਹੀਦਾ ਬਾਕੀ ਸਾਰੇ ਕਮਾਉਂਦੇ ਆ ਸਾਰੇ ਕਮਾਉਂਦੇ ਆ ਠੀਕ ਹੈ ਵੀਰੇ ਦਾ ਵਿਆਹ ਹੋ ਗਿਆ ਹਾਂਜੀ ਵੀਰੇ ਦਾ ਵਿਆਹ ਹੋ ਗਿਆ ਜੀ ਨੱਚੇ ਟੱਪੇ ਹੀ ਵਧੀਆ ਹਾਂਜੀ ਨੱਚੇ ਹੀ ਅੱਛਾ ਜਦੋਂ ਵੀਰੇ ਦਾ ਵਿਆਹ ਹੋਇਆ ਹਾਂਜੀ ਹਾਂਜੀ ਵੀਰੇ ਥੋੜੇ ਆ ਭਾਬੀ ਆ ਗਈ ਚੇਂਜ ਹੋਇਆ ਕਿ ਨਹੀਂ ਨਹੀਂ ਪੈਂਦਾ ਤੇ ਫਰਕ ਤੇ ਪੈਂਦਾ ਹੀ ਆ ਜੀ ਹੁਣ ਉੱਤੇ ਵੜਨ ਨਹੀਂ ਦਿੰਦਾ ਜੀ ਆਪਣੇ ਕਮਰੇ ਚਲਦੇ ਚਲਦੇ ਬਸ ਇਦਾਂ ਹੀ ਇਦਾਂ ਹੀ ਬਿਲਕੁਲ ਇਦਾਂ ਹੀ ਹੋਰ ਕੋਈ ਗਾਣਾ ਗੁਣਾ ਗਾਣਾ ਗਾ ਦਿੰਦੇ ਹਾਂ ਗਾਣਾ ਸੁਣਾਓ ਉਹ ਸੁਣ ਕਾਲਜ ਦੀ ਇਹ ਪਰੀਏ ਨੀ ਤੇਰੇ ਤੇ ਮਰੀਏ ਨੀ ਤੈਨੂੰ ਵੇਖਣ ਦੇ ਮਾਰੇ ਡਿਪਾਰਟਮੈਂਟ ਮੂਹਰੇ ਖੜੀਏ ਨੀ ਕਦੇ ਵੇਖੇਂਗੀ ਤੂੰ ਸਾਨੂੰ ਇਹ ਸੋਚ ਸਬਰ ਜਿਹਾ ਕਰ ਲਈਦਾ ਰਾਂਝਾ ਰਾਜੀ ਰਾਂਝਾ ਰਾਜੀ ਰਾਂਝਾ ਰਾਜੀ ਕਰ ਲਈਦਾ ਬਸ ਰਾਂਝਾ ਰਾਜੀ ਕਰ ਲਈਦਾ ਓਕੇ ਜੇ ਹੋ ਕੇ ਵੀਰੇ ਦੇ ਕਮਰੇ 'ਚ ਵੜ ਲਈਦਾ ਬਸ ਰਾਂਝਾ ਰਾਜੀ ਕਰ ਲਈਦਾ ਰੌਣਕਾਂ ਲੱਗੀਆਂ ਅਗਲੇ ਹਫ਼ਤੇ ਇੱਕ ਹੋਰ ਕਾਲਜ ਦੇ ਵਿੱਚ ਮਿਲਾਂਗੇ ਕੰਟੀਨੀ ਮੰਡੀਰ ਨੂੰ ਪਿਆਰ ਕਰਦੇ ਰਹੋ ਰਵਨੀਤ ਵੱਲੋਂ ਲਵ ਯੂ ਬਾਏ ਥੈਂਕਸ ਫੋਰ ਵਾਚਿੰਗ ਕੰਟੀਨੀ ਮੰਡੀਰ ਔਰ MH1 ਕੰਟੀਨੀ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਅਗਲੇ ਸ਼ੋਅਜ਼ ਦੀ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਉਹ ਤੁਹਾਨੂੰ ਮਿਲਦੀ ਰਹੇ ਥੈਂਕ ਯੂ ਸੋ ਮੱਚ